ਹਾਂਜੀ ਵੀ ਆਲ ਸ਼ੇਅਰ ਵਿਦ ਯੂ ਨਾਊ ਤੁਹਾਡੇ ਨਾਲ ਕਿ ਸਾਨੂੰ ਅਗਰ ਜੇ ਪੋਜ਼ਿਟਿਵ ਐਟੀਟਿਊਡ ਬਣਾਉਣਾ ਹੈਗਾ ਤਾਂ ਕਿੱਦਾਂ ਬਣਾਈਏ, ਹਾਊ ਕੈਨ ਵੀ ਮੇਕ ਆਵਰ ਐਟੀਟਿਊਡ ਪੋਜ਼ਿਟਿਵ, ਇਹ ਕਿੱਦਾਂ ਬਣਾ ਸਕਦੇ ਹਾਂ। ਸੋ ਮੈਂ ਕੁਛ ਥੋੜ੍ਹਾ ਬਹੁਤ ਮੈਂ ਆਪਣੀ ਕਿਤਾਬ ਨੂੰ ਰਿਫਰ ਕਰਾਂਗਾ, ਯੂ ਕੈਨ ਅਚੀਵ ਮੋਰ ਨੂੰ। ਇਹ ਤੁਸੀਂ ਜੇ ਨੋਟ ਕਰਨਾ ਚਾਹੁੰਦੇ ਹੈਗੇ ਹੋ ਤਾਂ ਨੋਟ ਕਰ ਲਓ ਕਿ ਅਸੀਂ ਆਪਣੇ ਆਪ ਨੂੰ ਆਪਣਾ ਐਟੀਚਿਊਡ ਕਿੱਦਾਂ ਬਦਲ ਸਕਦੇ ਹੈਗੇ ਹਾਂ। ਸਟੈਪ ਵਨ, ਪਹਿਲਾ ਸਟੈਪ ਹੈਗਾ ਪੋਜ਼ਿਟਿਵ ਐਟੀਟਿਊਡ ਬਣਾਉਣ ਵਾਸਤੇ ਕਿ ਆਪਣੀ ਸੋਚ ਬਦਲੇ ਔਰ ਅੱਛਾਈ ਖੋਜੇ। ਰਿਪੀਟ ਕਰਦਾ, ਆਪਣੀ ਸੋਚ ਬਦਲੇ ਔਰ ਅੱਛਾਈ ਕੋ ਖੋਜੇ। ਰਿਪੀਟ, ਅੱਛਾਈ ਕੋ, ਦੁਬਾਰਾ ਬੋਲੋ, ਅੱਛਾਈ ਕੋ, ਅੱਛਾਈ ਕੋ ਖੋਜੇ। ਓਕੇ, ਲੁੱਕ ਫੋਰ ਪੋਜ਼ਿਟਿਵ। ਨਾਓ ਸਾਰੇ ਲੋਕਾਂ ਵਿੱਚ ਕਈ ਵਾਰੀ ਇੰਨੀ ਆਦਤ ਪੈ ਜਾਂਦੀ ਹੈਗੀ ਹੈ ਕਿ ਖਾਲੀ ਅਸੀਂ ਨੈਗੇਟਿਵ ਦੇਖਦੇ ਹਾਂ ਲੋਕਾਂ ਵਿੱਚ, ਲੇਕਿਨ ਸਾਨੂੰ ਚਾਹੀਦਾ ਹੈਗਾ ਕਿ ਖੋਜ ਕੇ ਪੋਜ਼ਿਟਿਵ ਕੱਢੋ। ਇਹਦੇ ਵਿੱਚ ਮੈਂ ਆਪਣੀ ਕਿਤਾਬ ਵਿੱਚ ਐਗਜ਼ਾਮਪਲ ਦਿੱਤਾ ਹੈਗਾ ਇੱਕ ਬੰਦੇ ਦਾ, ਉਹਦਾ ਨਾਂ ਹੈਗਾ ਐਂਡਰੂ ਕਾਰਨੇਗੀ। ਐਂਡਰੂ ਕਾਰਨੇਗੀ, ਨਾਓ ਐਂਡਰੂ ਕਾਰਨੇਗੀ ਕੋਈ 150 ਸਾਲ ਪਹਿਲਾਂ ਇਹ ਸਕਾਟਲੈਂਡ ਤੋਂ ਗਿਆ ਸੀਗਾ ਅਮੈਰੀਕਾ। ਇਹਦੀ ਉਮਰ 11 ਸਾਲ ਸੀਗੀ ਅਤੇ ਉੱਥੇ ਇਹਨੇ ਕੰਮ ਸ਼ੁਰੂ ਕੀਤਾ, ਇਹ ਮਜ਼ਦੂਰ ਦੇ ਤਰੀਕੇ ਨਾਲ ਮਜ਼ਦੂਰੀ ਇਹਨੇ ਸ਼ੁਰੂ ਕੀਤੀ ਉੱਥੇ। ਲੇਕਿਨ ਉਸ ਤੋਂ ਬਾਅਦ ਇਹ ਵੱਧਦੇ 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 ਅਪ ਹੌਲੀ ਹੌਲੀ ਹੀ ਬਿਖੇਮ ਦੀ ਓਨਰ, ਮਾਲਕ ਬਣ ਗਿਆ ਦੁਨੀਆ ਵਿੱਚ ਸਭ ਤੋਂ ਵੱਡੀ ਸਟੀਲ ਕੰਪਨੀ ਦਾ, ਸਭ ਤੋਂ ਵੱਡੀ ਸਟੀਲ ਕੰਪਨੀ ਦਾ ਮਾਲਕ ਬਣ ਗਿਆ। ਤੋ ਤਕਰੀਬਨ 125 ਸਾਲ ਪਹਿਲਾਂ 43 ਕਰੋੜਪਤੀ ਇਹਦੇ ਇੰਪਲੋਈ ਸੀਗੇ। 125 ਸਾਲ ਪਹਿਲਾਂ 43 ਕਰੋੜਪਤੀ ਇਹਦੇ ਇੰਪਲੋਈ ਸੀਗੇ, ਇੰਪਲੋਈ ਨੌਕਰ ਸੀਗੇ, ਕੰਮ ਕਰਦੇ ਸੀਗੇ ਉਹਦੇ ਕੋਲ। ਅਤੇ ਕਰੋੜ ਬਹੁਤ ਪੈਸਾ ਹੁੰਦਾ 125 ਸਾਲ ਪਹਿਲਾਂ, ਅੱਜ ਵੀ ਕਰੋੜ ਬਹੁਤ ਪੈਸਾ ਹੈਗਾ। ਅਤੇ ਕਿਸੇ ਨੇ ਇਹਨੂੰ ਪੁੱਛਿਆ ਐਂਡਰੂ ਕਾਰਨੇਗੀ ਨੂੰ ਕਿ ਯਾਰ ਤੂੰ ਲੋਕਾਂ ਨੂੰ ਕਿੱਦਾਂ ਡੀਲ ਕਰਦਾ ਹੈਗਾ, ਉਹ ਖਾਸ ਤੌਰ 'ਤੇ ਕਰੋੜਪਤੀ, ਕਿਉਂਕਿ ਕਰੋੜਪਤੀ ਜਿਹਦੇ ਪੈਸੇ ਆ ਗਏ ਉਹਦਾ ਦਿਮਾਗ ਵੀ ਖਰਾਬ ਹੋ ਜਾਂਦਾ ਕਈਆਂ ਵਾਲਾ ਕਾ। ਕਹਿੰਦਾ ਤੂੰ ਲੋਕਾਂ ਨਾਲ ਡੀਲ ਕਿੱਦਾਂ ਕਰਦਾ। ਕਹਿੰਦਾ ਕਰੋੜਪਤੀ ਛੱਡੋ, ਬਿਨਾਂ ਕਰੋੜ ਦੇ ਵੀ ਲੋਕਾਂ ਦੇ ਦਿਮਾਗ ਖਰਾਬ, ਅਹੰਕਾਰ ਤਾਂ ਉਹਨਾਂ ਦੇ ਵਿੱਚ ਵੀ ਹੈਗਾ। ਕਹਿੰਦਾ ਤੁਸੀਂ ਕਿਵੇਂ ਡੀਲ ਕਰਦੇ ਹੋ ਇਹ ਪੈਸੇ ਵਾਲਿਆਂ ਨਾਲ? ਅਤੇ ਉਹਨੇ ਇੱਕ ਜਵਾਬ ਦਿੱਤਾ, ਕਹਿੰਦਾ ਲੋਕਾਂ ਨਾਲ ਵਿਵਹਾਰ ਕਰਨਾ ਜਿਹੜਾ ਹੈਗਾ ਉਹ ਉਸ ਤਰੀਕੇ ਨਾਲ ਹੈਗਾ ਜਿਵੇਂ ਸੋਨੇ ਦੀ ਸੁੰਦ ਵਿੱਚ ਤੁਸੀਂ ਆਪਣਾ ਜਾਂਦੇ ਹੋ, ਸੋਨੇ ਦੀ ਸੁਰੰਗ ਵਿੱਚ ਜਾਂਦੇ ਹੋ ਅਤੇ ਤੁਸੀਂ ਇੱਕ ਤੋਲਾ ਸੋਨਾ ਖੋਜਣ ਵਾਸਤੇ ਇੱਕ ਟਨ ਮਿੱਟੀ ਹਟਾਉਂਦੇ ਹੋ। ਧਿਆਨ ਸੁਣਿਆ ਜੀ, ਕਹਿੰਦਾ ਇੱਕ ਤੋਲਾ ਸੋਨਾ ਲੱਭਣ ਵਾਸਤੇ ਤੁਸੀਂ ਇੱਕ ਟਨ ਮਿੱਟੀ, ਇੱਕ ਟਰੱਕ ਦੀ ਮਿੱਟੀ ਹਟਾਉਂਦੇ ਹੋ। ਕਹਿੰਦਾ ਲੇਕਿਨ ਜਦੋਂ ਤੁਸੀਂ ਖੁਦਾਈ ਕਰਦੇ ਹੋ ਤੁਸੀਂ ਮਿੱਟੀ ਨਹੀਂ ਖੋਜਦੇ, ਤੁਸੀਂ ਸੋਨਾ ਖੋਜਦੇ ਹੋ। ਆਯੂਵੇਦਿਕ ਕਹਿੰਦਾ ਜਦੋਂ ਤੁਸੀਂ ਖੁਦਾਈ ਕਰਨ ਜਾ ਰਹੇ ਹੋ ਸੁੰਦ ਵਿੱਚ, ਕਹਿੰਦਾ ਉਦੋਂ ਤੁਸੀਂ ਮਿੱਟੀ ਨਹੀਂ ਦੇਖਦੇ, ਮਿੱਟੀ ਨਹੀਂ ਖੋਜਦੇ, ਤੁਸੀਂ ਸੋਨਾ ਲੱਭਦੇ ਹੋ। ਅਤੇ ਕਹਿੰਦਾ ਇੱਕ ਤੋਲੇ ਸੋਨੇ ਵਾਸਤੇ ਤੁਹਾਨੂੰ ਇੱਕ ਟਰੱਕ ਮਿੱਟੀ ਹਟਾਉਣੀ ਪੈਂਦੀ ਹੈ। ਕਹਿੰਦਾ ਲੋਕਾਂ ਨਾਲ ਵਿਵਹਾਰ ਕਰਨਾ ਵੀ ਉਸੇ ਤਰੀਕੇ ਨਾਲ ਹੈਗਾ ਜਿੱਦਾਂ ਸੋਨਾ ਲੱਭਣਾ। ਕਹਿੰਦਾ ਸਾਡੇ ਸਾਰਿਆਂ ਵਿੱਚ ਬਹੁਤ ਕਮੀਆਂ ਹੈਗੀਆਂ, ਸਾਡੇ ਸਾਰਿਆਂ ਵਿੱਚ ਬਹੁਤ ਖਰਾਬੀਆਂ ਵੀ ਹੈਗੀਆਂ। ਕਹਿੰਦਾ ਜੇ ਤੁਸੀਂ ਖਰਾਬੀ ਔਰ ਕਮੀਆਂ ਲੱਭਦੇ ਹੋ, ਕਹਿੰਦਾ ਬਹੁਤ ਮਿਲਣਗੀਆਂ ਤੁਹਾਨੂੰ।
ਬਹੁਤ ਮਿਲਣਗੀਆਂ, ਤੁਹਾਨੂੰ ਖੂਬ ਮਿਲਣਗੀਆਂ। ਕਹਿੰਦਾ ਤੁਸੀਂ ਅੱਜ ਤੋਂ ਬਾਅਦ ਤੁਸੀਂ ਵੀ ਉਹੀ ਬਣ ਜਾਓ ਜਿਹੜੇ ਸੋਨਾ ਜਾ ਕੇ ਕੱਢ ਕੇ ਲਿਆਉਂਦੇ ਨੇ ਥੱਲੋਂ। ਬਿਕਮ ਏ ਗੋਲਡ ਡਿਗਰ, ਕਹਿੰਦਾ ਸੋਨੇ ਦੀ ਖਾਣ ਜਿੱਦਾਂ ਹੈਗੀ ਹੈ, ਬਿਕਮ ਏ ਗੋਲਡ ਡਿਗਰ, ਲੁੱਕ ਫੋਰ ਪੋਜ਼ਿਟਿਵ, ਅੱਛਾ ਖੋਜਣ ਦੀ ਕੋਸ਼ਿਸ਼ ਕਰੋ, ਹੋਰ ਕੋਈ ਰਸਤਾ ਨਹੀਂ ਹੈਗਾ। ਸਭ ਵਿੱਚ ਕਮੀਆਂ ਹੈਗੀਆਂ, ਖਰਾਬੀਆਂ ਹੈਗੀਆਂ, ਸਭ ਵਿੱਚ ਹੈਗੀਆਂ, ਜੇ ਤੁਹਾਡੀ ਨਜ਼ਰ ਉਹਦੇ ਵਾਸਤੇ ਹੈਗੀ ਹੈ ਬਹੁਤ ਲੱਭਣੀ ਹੈ ਤੁਹਾਨੂੰ। ਲੇਕਿਨ ਕੁਛ ਲੋਕ ਐਸੇ ਹੈਗੇ ਨੇ ਉਹ ਸਿਰਫ ਹੀ ਨੁਕਸ ਲੱਭਣ ਵਿੱਚ ਬੈਠੇ ਪਏ ਨੇ, ਹੋਰ ਕੁਛ ਨਹੀਂ ਹੈਗਾ। ਕੱਲ੍ਹ ਜਿਹੜੀ ਗੱਲ ਕੀਤੀ ਸੀ ਨਾ, ਤੁਸੀਂ ਉਹਨਾਂ ਨੂੰ ਸਮਾਧਾਨ ਦਿਓ ਉਹ ਸਮੱਸਿਆ ਦੇਗਾ, ਸਮਾਧਾਨ ਦਿਓ ਉਹ ਸਮੱਸਿਆ ਦੇਗਾ, ਜਿਹੜੀ ਚੀਜ਼ ਹੈ ਉਹ ਪ੍ਰੋਬਲਮ ਵੀ ਲੱਭੇਗਾ ਉਹਦਾ। ਇੱਕ ਵਾਰੀ ਕੀ ਹੋਇਆ, ਇੱਕ ਸ਼ਿਕਾਰੀ ਸੀਗਾ, ਉਹ ਦੁਕਾਨ 'ਤੇ ਗਿਆ ਕੁੱਤਾ ਲੱਭਣ ਵਾਸਤੇ ਕਿ ਭਾਈ ਸ਼ਿਕਾਰ 'ਤੇ ਜਾਂਦਾ, ਕੋਈ ਸ਼ਿਕਾਰ ਮਾਰਦਾ ਅਤੇ ਮੈਂ ਉਹ ਚਿੜੀਆ ਫੜ ਕੇ ਲਿਆਉਂਦਾ। ਅਤੇ ਉਹ ਗਿਆ ਉੱਥੇ ਅਤੇ ਉਹਨੇ ਦੁਕਾਨਦਾਰ ਨੇ ਕਿਹਾ ਕਿ ਮੇਰੇ ਕੋਲ ਇਹੋ ਜਿਹਾ ਕੁੱਤਾ ਹੈਗਾ ਜਿਹੜਾ ਦੁਨੀਆਂ ਵਿੱਚ ਇੱਕੋ ਹੀ ਹੈ, ਦੁਨੀਆਂ 'ਚ ਦੂਜਾ ਹੈ ਹੀ ਕੋਈ ਨਹੀਂ। ਕਹਿੰਦਾ ਇਹ ਜਿਹੜਾ ਹੈ ਨਾ, ਇਹ ਪਾਣੀ 'ਤੇ ਦੌੜ ਕੇ ਚਿੜੀਆ ਫੜ ਕੇ ਲਿਆਉਂਦਾ, ਦੌੜ ਕੇ। ਕਹਿੰਦਾ ਯਾਰ ਤੈਰਨ ਤਾਂ ਤੂੰ ਸੁਣਿਆ ਸੀਗਾ, ਦੌੜ ਕੇ ਪਾਣੀ ਦੇ ਉੱਤੇ ਦੌੜਨ ਦਾ ਤਾਂ ਕੁੱਤਾ ਕਦੀ ਅੱਜ ਤੱਕ ਸੁਣਿਆ ਹੀ ਕੋਈ ਨਹੀਂ। ਖੈਰ ਕਹਿੰਦਾ ਇਹ ਵਾਲਾ ਦੌੜਦਾ ਪਾਣੀ ਦੇ ਉੱਤੇ, ਉਹਨੇ ਲੈ ਲਿਆ, ਲੈ ਲਿਆ ਅਤੇ ਉਹਨੇ ਕਿਹਾ ਕਿ ਬਈ ਮੈਂ ਹੁਣ ਆਪਣਾ ਇੱਕ ਦੋਸਤਾਂ ਨੂੰ ਸਾਰਿਆਂ ਨੂੰ ਬੁਲਾਵਾਂ, ਸ਼ੋ ਆਫ ਕਰਾਂ ਉਹਨਾਂ ਨੂੰ ਕਿ ਯਾਰ ਇਹੋ ਜਿਹਾ ਕੁੱਤਾ ਦੁਨੀਆਂ 'ਚ ਇੱਕੋ ਹੀ ਹੈ, ਮੇਰੇ ਖਿਆਲ ਹੀ ਮੇਰੇ ਕੋਲ ਹੀ ਹੈਗਾ। ਅਤੇ ਉਹਨੇ ਆਪਣੀ ਪਾਰਟੀ ਵਾਰਟੀ ਔਰਗਨਾਈਜ਼ ਕੀਤੀ, ਉੱਥੇ ਜਾ ਕੇ ਸ਼ਿਕਾਰ ਕਰਨ ਲੱਗੇ, ਸ਼ਿਕਾਰ ਕੇ ਆਪਣਾ ਉੱਥੇ ਸ਼ਿਕਾਰ ਕੀਤਾ ਅਤੇ ਕੁੱਤਾ ਜਾਵੇ ਦੌੜ ਕੇ ਪਾਣੀ ਦੇ ਉੱਤੇ ਦੌੜ ਕੇ ਚੱਲ ਕੇ ਉਹ ਫੜ ਕੇ ਲਿਆਵੇ, ਚਿੜੀਆ ਫੜ ਕੇ ਲਿਆਵੇ। ਅਤੇ ਇਹਨੇ ਸੋਚਿਆ ਕਿ ਬਾਈ ਕੋਈ ਇਹਨਾਂ ਵਿੱਚੋਂ ਜਿਹੜੇ ਦੋਸਤ ਹੈਗੇ ਨੇ, ਕੋਈ ਅਜੀਬ ਕੁੱਤਾ ਦੇਖੇਗਾ ਤਾਂ ਕਹਿਣਗੇ ਯਾਰ ਵਾਹ ਬਾਈ ਵਾਹ, ਕਮਾਲ ਕਰਤੀ, ਕਿਹਾ ਕੁੱਤਾ ਕਦੇ ਦੇਖੇ। ਲੇਕਿਨ ਕਿਸੇ ਨੇ ਬੋਲਿਆ ਹੀ ਕੁਛ ਨਹੀਂ, ਕਿਸੇ ਨੇ ਬੋਲਿਆ ਹੀ ਕੁਛ ਨਹੀਂ ਉਸ ਕੁੱਤੇ ਦੇ ਬਾਰੇ। ਅਤੇ ਸ਼ਾਮ ਹੋ ਗਈ, ਘਰ ਚੱਲਣ ਲੱਗੇ ਅਤੇ ਇਹਨੂੰ ਪੁੱਛਦਾ ਯਾਰ ਤੁਹਾਨੂੰ ਲੋਕਾਂ ਨੂੰ ਕੋਈ ਵੀ ਅਜੀਬ ਚੀਜ਼ ਮੇਰੇ ਕੁੱਤੇ ਦੀ ਨਹੀਂ ਦਿਖੀ ਗਈ ਹੈ, ਕੋਈ ਚੀਜ਼ ਅਜੀਬ ਚੀਜ਼ ਮੇਰੇ ਕੁੱਤੇ ਦੀ ਨਹੀਂ ਦਿਖੀ? ਕਹਿੰਦਾ ਹਾਂ ਯਾਰ ਤੇਰਾ ਕੁੱਤਾ ਤੈਰ ਨਹੀਂ ਸਕਦਾ, ਪ੍ਰੋਬਲਮ ਇਹ ਦੇਖਿਆ ਮੈਂ। ਹੁਣ ਇਹੋ ਜਿਹੇ ਵੀ ਬੰਦੇ ਹੈਗੇ, ਕਹਿੰਦਾ ਜੀ ਤੇਰਾ ਕੁੱਤਾ ਨਹੀਂ ਤੈਰ ਸਕਦਾ, ਕਹਿੰਦਾ ਇਹ ਤਾਂ ਜ਼ਰੂਰ ਦੇਖਿਆ ਹੈਗਾ। ਕੋਈ ਇਹੋ ਜਿਹੇ ਬੰਦੇ ਹੈਗੇ, ਕੋਈ ਉਹ ਸਿਰਫ ਨੈਗੇਟਿਵ ਹੀ ਦੇਖਣਗੇ, ਹੋਰ ਕੁਛ ਨਹੀਂ ਦੇਖਣਾ ਉਹਨਾਂ ਨੇ। ਆਰ ਯੂ ਵਿਦ ਮੀ? ਸੋ ਜੇ ਜ਼ਿੰਦਗੀ ਵਿੱਚ ਪੋਜ਼ਿਟਿਵ ਬਣਨਾ ਹੈਗਾ, ਬੀਕਮ ਏ ਗੋਲਡ ਡਿਗਰ, ਕੀ ਕਹਿੰਦੇ ਨੇ ਹੁਣ ਪੰਜਾਬੀ 'ਚ ਇਹਨੂੰ, ਉਹ ਸੋਨੇ ਦੀ ਖਾਣ ਵਿੱਚ ਜਿੱਦਾਂ ਸੋਨਾ ਕੱਢਣ ਜਾਣਦੇ ਹੋ ਉੱਦਾਂ ਬਣ ਜਾਓ, ਦੈਟਸ ਆਲ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਗਲਤ ਚੀਜ਼ ਨੂੰ ਦੇਖਣਾ ਬੰਦ ਕਰ ਦਿਓ, ਨਜ਼ਰਅੰਦਾਜ਼ ਕਰ ਦਿਓ। ਵੀ ਹੈਵ ਟੂ ਐਡਰੈਸ ਦੋਸ ਥਿੰਗਸ, ਬਟ ਲੈਟ ਅਸ ਟਾਕ ਔਨ ਬਿਕਮ ਏ ਗੋਲਡ ਡਿਗਰ। ਠੀਕ ਹੋ ਗਿਆ, ਪਹਿਲਾ ਸਟੈਪ। ਨੰਬਰ ਟੂ ਸਟੈਪ ਦੂਸਰਾ ਹੈਗਾ, ਇੱਕ ਆਦਤ ਬਣਾ ਲਓ ਕਿ ਕੋਈ ਚੀਜ਼ ਕੋਈ ਕੰਮ ਕੱਲ੍ਹ 'ਤੇ ਨਹੀਂ ਛੱਡਣਾ, ਅਗਲੇ ਆਉਣੇ ਵਾਲੇ ਕੱਲ੍ਹ 'ਤੇ ਨਹੀਂ ਛੱਡਣਾ। ਇਹਦਾ ਮਤਲਬ ਇਹ ਹੋ ਗਿਆ ਹਰ ਕੰਮ ਤੁਰੰਤ ਇੱਕਦਮ ਹੁਣੇ ਹੀ ਕੰਮ ਕਰਨ ਦੀ ਆਦਤ ਬਣਾ ਲਓ ਕਿ ਇਹ ਕਦੀ ਨਾ ਸੋਚਿਆ ਜੀ ਕਿ ਮੈਂ ਕੱਲ੍ਹ 'ਤੇ ਛੱਡਣਾ ਹੈਗਾ, ਜੀ ਕੱਲ੍ਹ ਕਰ ਦੂੰਗਾ, ਕੱਲ੍ਹ ਕਰ ਦੂੰਗਾ, ਕੱਲ੍ਹ ਕਰ ਦੂੰਗਾ। ਜਿਹੜਾ ਆਦਮੀ ਇਹ ਕਹਿੰਦਾ ਜੀ ਮੈਂ ਕੱਲ੍ਹ ਕਰ ਦੂੰਗਾ, ਉਹਦੀ ਨੀਅਤ ਹੀ ਕੋਈ ਨਹੀਂ ਕੰਮ ਕਰਨ ਦੀ। ਹੈਲੋ, ਉਹਦੀ ਨੀਅਤ ਹੀ ਹੈ ਨਹੀਂ। ਅਤੇ ਇਸ ਵਾਸਤੇ ਇੱਕ ਆਦਤ ਬਣਾ ਲਓ, ਹਰ ਕੰਮ ਜੋ ਵੀ ਕਰਨਾ ਹੈਗਾ ਕੰਮ ਹੁਣੇ ਹੁਣੇ ਕਰਕੇ ਖਤਮ ਕਰੋ, ਜਿਹੜਾ ਰਹਿ ਗਿਆ ਉਹ ਪਰਮਾਨੈਂਟਲੀ ਰਹਿ ਗਿਆ, ਉਹ ਹੁੰਦਾ ਹੀ ਕਦੀ ਨਹੀਂ ਹੈਗਾ, ਕੱਲ੍ਹ ਕਦੀ ਆਇਆ ਹੀ ਕੋਈ ਨਹੀਂ। ਸੋ ਇਹ ਤਾਂ ਉਹਦੀ ਗੱਲ ਹੋ ਗਈ, ਜਿੱਦਾਂ ਇੱਕ ਛੋਟਾ ਬੱਚਾ ਕਹਿੰਦਾ ਜਦੋਂ ਮੈਂ ਵੱਡਾ ਹੋਊਂਗਾ ਅਤੇ ਤਾਂ ਮੈਂ ਇਹ ਕਰੂੰਗਾ, ਮੈਂ ਬਹੁਤ ਖੁਸ਼ ਹੋ ਜਾਊਂਗਾ।
ਤੇ ਜਦੋਂ ਵੱਡਾ ਹੋ ਜਾਂਦਾ ਕਹਿੰਦਾ ਮੈਂ ਹੁਣ ਕਾਲਜ ਖਤਮ ਕਰ ਲਵਾਂ ਤਾਂ ਇਹ ਕਰੂੰਗਾ ਹਾਂ ਤਾਂ ਖੁਸ਼ ਹੋ ਜਾਊਂਗਾ ਉਹ ਕਾਲਜ ਖਤਮ ਕਰ ਲੈਂਦਾ ਕਹਿੰਦਾ ਹੁਣ ਮੈਂ ਪਹਿਲੀ ਜੋਬ ਮਿਲ ਜਾਵੇ ਤਾਂ ਮੈਂ ਕਰੂੰਗਾ ਇੱਥੇ ਤਾਂ ਖੁਸ਼ ਜਾਊਂਗਾ ਪਹਿਲੀ ਜੋਬ ਮਿਲ ਜਾਂਦੀ ਹੈ ਫਿਰ ਕੀ ਹੋ ਗਿਆ ਫਿਰ ਕਹਿੰਦਾ ਜੀ ਹੁਣ ਮੈਂ ਕੋਈ ਘਰ ਖਰੀਦ ਲਵਾਂ ਅਤੇ ਤਾਂ ਕਿ ਖੁਰਾਂ ਖੁਸ਼ ਹੋ ਜਾਊਂਗਾ ਫਿਰ ਤਾਂ ਖੁਸ਼ ਹੋ ਜਾਊਂਗਾ ਚਲੋ ਹੋ ਗਿਆ ਫਿਰ ਉਸ ਤੋਂ ਕਹਿੰਦਾ ਹੁਣ ਵਿਆਹ ਹੋ ਜਾਏਗਾ ਤਾਂ ਮੈਂ ਇਹ ਕਰੂੰਗਾ ਤਾਂ ਆਂ ਖੁਸ਼ ਹੋ ਜਾਊਂਗਾ ਤਾਂ ਉਹ ਵੀ ਹੋ ਗਿਆ ਕਹਿੰਦਾ ਹੁਣ ਬੱਚੇ ਆ ਗਏ ਹੁਣ ਬੱਚੇ ਇਹਨਾਂ ਨੂੰ ਸੈਟਲ ਹੋ ਲੈਣ ਦਿਓ ਫਿਰ ਇਹ ਸੈਟਲ ਹੋ ਜਾਣਗੇ ਫਿਰ ਮੈਂ ਕਰੂੰਗਾ ਹਾਂ ਫਿਰ ਖੁਸ਼ ਹੋ ਜਾਊਂਗਾ ਉਹ ਵੀ ਸੈਟਲ ਹੋ ਗਏ ਫਿਰ ਕਹਿੰਦਾ ਹੁਣ ਕੀ ਹੋਏਗਾ ਕਹਿੰਦਾ ਹੁਣ ਮੈਂ ਜਦੋਂ ਰਿਟਾਇਰ ਹੋਊਂਗਾ ਫਿਰ ਮੈਂ ਇਹ ਕਰੂੰਗਾ ਫਿਰ ਖੁਸ਼ ਹੋ ਜਾਊਂਗਾ ਫਿਰ ਰਿਟਾਇਰ ਹੋ ਗਿਆ ਤਾਂ ਫਿਰ ਕੀ ਹੁੰਦਾ ਅਤੇ ਕੁਛ ਵੀ ਨਹੀਂ ਉਹ ਕਹਿੰਦਾ ਇਹ ਉਹ ਜਦੋਂ ਰਿਟਾਇਰ ਹੁੰਦਾ ਤਾਂ ਦੇਖਦਾ ਸਾਰੀ ਜ਼ਿੰਦਗੀ ਉਹਦੇ ਅੱਖਾਂ ਦੇ ਸਾਹਮਣੇ ਗੁਜ਼ਰ ਗਈ ਹੁਣ ਤਾਂ ਬਹੁਤ ਲੇਟ ਹੋ ਗਿਆ ਕਹਿੰਦਾ ਹੁਣ ਬਹੁਤ ਲੇਟ ਹੋ ਗਿਆ ਆਈ ਵਿਦ ਮੀ ਕਹਿੰਦਾ ਹੁਣ ਤਾਂ ਬਹੁਤ ਲੇਟ ਹੋ ਗਿਆ ਗੱਲ ਇਹ ਹੈ ਯਾਦ ਰੱਖਿਆ ਜੇ ਇਹ ਜ਼ਿੰਦਗੀ ਜਿਹੜੀ ਹੈ ਨਾ ਸਾਡੀ ਇਹ ਐਕਟਿੰਗ ਨਹੀਂ ਹੈ ਇਹ ਜ਼ਿੰਦਗੀ ਜਿਹੜੀ ਹੈ ਸਾਡੀ ਇਹ ਸਾਡੀ ਕੋਈ ਡਰੈਸ ਰਿਹਰਸਲ ਨਹੀਂ ਹੋ ਰਹੀ ਕਿ ਅਸੀਂ ਇੱਕ ਡਰੈਸ ਰਿਹਰਸਲ ਕਰਾਂਗੇ ਜੇ ਗਲਤ ਹੋ ਗਿਆ ਦੁਬਾਰਾ ਚਾਂਸ ਮਿਲੇਗਾ ਜ਼ਿੰਦਗੀ ਵਿੱਚ ਤਾਂ ਇੱਕੋ ਹੀ ਚਾਂਸ ਮਿਲਦਾ ਹੈਲੋ ਇਹ ਡਰੈਸ ਰਿਹਰਸਲ ਨਹੀਂ ਹੈਗਾ ਭਰਾ ਕਿ ਮੈਂ ਇਹ ਨਹੀਂ ਕੀਤਾ ਅਤੇ ਅਗਲੀ ਵਾਰੀ ਦੁਬਾਰਾ ਕਰ ਲਊਂਗਾ ਅਗਲੀ ਵਾਰੀ ਤੂੰ ਹੈ ਕਿੱਥੇ ਭਾਈ ਤੂੰ ਤਾਂ ਹੈ ਹੀ ਨਹੀਂ ਇੱਥੇ ਇੱਕ ਮੌਕਾ ਮਿਲਿਆ ਜ਼ਿੰਦਗੀ ਰੱਬ ਨੇ ਭੇਜਿਆ ਇੱਕ ਮੌਕਾ ਇੱਥੇ ਆ ਕੇ ਓਨਲੀ ਵਨ ਹੁਣ ਨਹੀਂ ਕੀਤਾ ਤਾਂ ਕਦੀ ਕਰ ਨਹੀਂ ਸਕਣਾ ਤੂੰ ਗੱਲ ਇਹ ਹੈ ਇੱਕ ਜ਼ਿੰਦਗੀ ਇਹ ਫੁੱਟਬਾਲ ਦੀ ਗੇਮ ਨਹੀਂ ਹੈਗੀ ਹੈ ਜਿੱਥੇ ਤੁਸੀਂ ਨਾ ਖੇਡੋ ਪਲੇਅਰ ਚੇਂਜ ਹੋ ਜਾਂਦੇ ਨੇ ਇੱਥੇ ਤਾਂ ਪਲੇਅਰ ਚੇਂਜ ਹੋ ਨਹੀਂ ਸਕਦਾ ਤੁਸੀਂ ਗੇਮ ਆਪਣੀ ਆਪ ਹੀ ਖੇਡਣੀ ਹੈ ਹੈਲੋ ਇਹ ਜ਼ਿੰਦਗੀ ਜਿਹੜੀ ਹੈ ਫੁੱਟਬਾਲ ਦੀ ਗੇਮ ਨਹੀਂ ਹੈਗੀ ਹੈ ਜਿੱਥੇ ਤੁਸੀਂ ਨਾ ਕੀਤਾ ਪਲੇਅਰ ਚੇਂਜ ਹੋ ਗਿਆ ਭਾਈ ਤੂੰ ਨਾ ਕੀਤਾ ਪਲੇਅਰ ਚੇਂਜ ਨਹੀਂ ਹੋਣਾ ਤੁਹਾਨੂੰ ਤਾਂ ਆਪਣਾ ਕੰਮ ਆਪ ਹੀ ਕਰਨਾ ਪੈਣਾ ਹੈਲੋ ਲੇਕਿਨ ਕਈ ਲੋਕ ਐਸੇ ਬੰਦੇ ਹੈਗੇ ਨੇ ਉਹ ਕੰਮ ਨਾ ਕਰਨ ਦੇ 100 ਬਹਾਨੇ ਕੱਢਦੇ ਹੈਗੇ ਨੇ ਉਹਨੂੰ ਪੁੱਛ ਭਾਈ ਤੂੰ ਕਿਉਂ ਨਹੀਂ ਕਰ ਰਿਹਾ ਕਹਿੰਦਾ ਮੈਂ ਐਨਾਲਾਈਜ਼ ਕਰ ਰਿਹਾ ਹੁਣ ਉਹ 6 ਮਹੀਨੇ ਪਿੱਛੋਂ ਫੋਨ ਕੀ ਕਰਦਾ ਕਹਿੰਦਾ ਹੁਣ ਵੀ ਐਨਾਲਾਈਜ਼ ਕਰੀ ਜਾਂਦਾ ਸਾਲ ਦੇ ਬਾਅਦ ਉਹ ਫਿਰ ਐਨਾਲਾਈਜ਼ ਹੀ ਉਹ ਐਨਾਲਾਈਜ਼ ਹੀ ਕਰੀ ਜਾਂਦਾ ਹੈ ਉਹ ਜ਼ਿੰਦਗੀ 'ਚ ਕੋਈ ਕੰਮ ਹੀ ਨਹੀਂ ਕਰਦਾ ਆਈ ਯੂ ਵਿਦ ਮੀ ਉਹਨੂੰ ਕਹਿੰਦੇ ਨਾ ਉਹਨਾਂ ਨੂੰ ਬਿਮਾਰੀ ਹੈਗੀ ਹੈ ਪੈਰਾਲਿਸਿਸ ਆਫ ਐਨਾਲਿਸਿਸ ਉਹ ਪੈਰਾਲਿਸਿਸ ਹੈਗਾ ਉਹਨਾਂ ਨੂੰ ਐਨਾਲਿਸਿਸ ਦਾ ਉਹ ਕੰਮ ਹੀ ਨਹੀਂ ਕਰਦਾ ਹੈਗਾ ਇੱਕ ਹੋਰ ਬਰੀਡ ਹੈਗੀ ਹੈ ਉਹ ਵੀ ਇੱਕ ਇਹੋ ਜਿਹੇ ਲਫਜ਼ਾਂ ਦੇ ਪਿੱਛੇ ਛੁਪਦੀ ਹੈਗੀ ਹੈ ਉਹਨੂੰ ਪੁੱਛ ਤੂੰ ਕਿਉਂ ਨਹੀਂ ਕਰਦਾ ਕਹਿੰਦਾ ਮੈਂ ਤਿਆਰੀ ਕਰ ਰਿਹਾ 3 ਮਹੀਨੇ ਪਿੱਛੋਂ ਹਾਲੇ 6 ਮਹੀਨੇ ਪਿੱਛੋਂ ਸਾਲ ਦੇ ਪਿੱਛੋਂ ਉਹ ਤਿਆਰੀ ਕਰੀ ਜਾਂਦਾ ਉਹ ਫਿਰ ਕਹਿੰਦਾ ਮੈਂ ਤਾਂ ਕਰੂੰਗਾ ਜਦੋਂ ਐਕਸਪਰਟ ਬਣ ਜਾਊਂਗਾ ਉਹਨੂੰ ਇਹ ਸਮਝ ਨਹੀਂ ਆਉਂਦੀ ਜਦੋਂ ਤੂੰ ਕਰੇਗਾ ਨਹੀਂ ਤਾਂ ਐਕਸਪਰਟ ਬਣੇਗਾ ਵੀ ਨਹੀਂ ਹੈਲੋ ਗੱਲ ਇਹ ਕਿਤਾਬ ਪੜ੍ਹ ਕੇ ਤੈਰਾਕੀ ਨਹੀਂ ਆਉਂਦੀ ਪਾਣੀ 'ਚ ਕੁੱਦਣਾ ਪੈਂਦਾ ਯੈਸ ਨੋ ਕਿਤਾਬ ਪੜ੍ਹ ਕੇ ਤੈਰਾਕੀ ਨਹੀਂ ਸਿੱਖ ਸਕਦੇ ਵੀਰ ਠੀਕ ਗੱਲ ਹੈ ਨਾ ਵੀਰ ਠੀਕ ਗੱਲ ਹੈ ਆਤਮਲਾ ਸੋ ਗੱਲ ਇਹ ਹੈ ਕਿਤਾਬ ਪੜ੍ਹ ਕੇ ਤੈਰਾਕੀ ਨਹੀਂ ਸਿੱਖ ਸਕਦੇ ਤੁਹਾਨੂੰ ਕੁੱਦਣਾ ਹੀ ਪੈਣਾ ਔਰ ਗੱਲ ਇਹ ਹੈ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਜੇ ਇਹ ਸੋਚ ਕੇ ਨਿਕਲੀਏ ਕਿ ਮੈਨੂੰ ਸਾਰੀ ਲਾਈਟਾਂ ਜਿਹੜੀਆਂ ਟ੍ਰੈਫਿਕ ਲਾਈਟਾਂ ਸਾਰੀ ਗ੍ਰੀਨ ਮਿਲਣਗੀਆਂ ਇਹ ਹੋ ਨਹੀਂ ਸਕਦਾ ਜੇ ਗ੍ਰੀਨ ਲਾਈਟਾਂ ਦੀ ਸਾਰੀ ਵੇਟ ਕਰਦੇ ਹੋ ਕਿ ਜਦੋਂ ਗ੍ਰੀਨ ਮਿਲਣਗੀਆਂ ਤਾਂ ਨਿਕਲਾਂਗਾ ਘਰ ਬੈਠ ਕੇ ਦੀ ਹੋਣਾ ਹੀ ਨਹੀਂ ਤੇਰਾ ਕੰਮ ਬਾਹਰ ਜਾਣਾ ਪੈਣਾ ਤੁਹਾਨੂੰ ਸਾਰੀ ਲਾਈਟਾਂ ਕਦੀ ਗ੍ਰੀਨ ਮਿਲਦੀਆਂ ਨਹੀਂ ਸਵਾਲ ਇਹ ਹੈ ਕਿ ਲੋਕ ਕਿਉਂ ਹਰ ਚੀਜ਼ ਨੂੰ ਅੱਗੇ 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 ਭੇਜੀ ਜਾਂਦੇ ਹੈਗੇ ਕੰਮ ਕਿਉਂ ਨਹੀਂ ਕਰਦੇ ਹੈਗੇ ਜਾਣਦੇ ਹੋ ਕਿਉਂਕਿ ਬਹੁਤ ਲੋਕਾਂ ਵਿੱਚ ਹਿੰਮਤ ਔਰ ਹੌਸਲਾ ਨਹੀਂ ਹੈਗਾ ਇੱਕ ਸਿਚੁਏਸ਼ਨ ਨੂੰ ਫੇਸ ਕਰਨ ਦਾ
ਸਭ ਤੋਂ ਵੱਡੀ ਗੱਲ ਇਹ ਹੈ ਲੋਕਾਂ ਵਿੱਚ ਹਿੰਮਤ ਹੌਸਲੇ ਦੀ ਕਮੀ ਹੈਗੀ ਹੈ ਕਿ ਹਾਲਾਤ ਨੂੰ ਸਾਹਮਣਾ ਕਰਨ ਦੀ ਉਹਨਾਂ ਦੀ ਕਰਜ ਨਹੀਂ ਹੈਗੀ ਹੈ। ਇਸ ਵਾਸਤੇ ਅੱਗੇ ਭੇਜੀ ਜਾਓ, ਉਹ ਜਿੰਨਾ ਅੱਗੇ ਭੇਜੋਗੇ ਉਨੀ ਸਮੱਸਿਆ ਤੁਹਾਡੀ ਵਧੀ ਜਾਏਗੀ। ਕੀ ਟਾਈਮ ਹੈ, ਅਸੀਂ ਕਿੱਥੇ ਹੈਗੇ ਹਾਂ? ਟਾਈਮ ਅੱਜ ਹੈ, ਅਸੀਂ ਇੱਥੇ ਹੈਗੇ ਹਾਂ, ਦੈਟਸ ਓ। ਇਹਦਾ ਜਵਾਬ ਸਿਰਫ ਇਹ ਹੈ, ਟਾਈਮ ਇਜ਼ ਨਾਓ, ਵੀ ਆਰ ਹੇਅਰ। ਹੋਰ ਕੁਛ ਜਵਾਬ ਕੋਈ ਨਹੀਂ ਹੈਗਾ ਇਹਦਾ। ਵਟ ਟਾਈਮ ਇਜ਼ ਇਟ, ਵੇਅਰ ਆਰ ਵੀ? ਟਾਈਮ ਇਜ਼ ਨਾਓ ਐਂਡ ਵੀ ਆਰ ਹੇਅਰ। ਟਾਈਮ ਹੁਣ ਹੈ, ਜਗ੍ਹਾ ਇਹੀ ਹੈ। ਸੋ ਇਸ ਵਾਸਤੇ ਕਿਸੇ ਚੀਜ਼ ਨੂੰ ਅੱਗੇ ਕਰਨ ਦੀ, ਟਾਲਣ ਦੀ ਆਦਤ ਇਹ ਛੱਡ ਦਿਓ। ਜ਼ਿੰਦਗੀ ਬਹੁਤ ਛੋਟੀ, ਇਹ ਡਰੈਸ ਰਿਹਰਸਲ ਨਹੀਂ ਹੈ, ਔਰ ਨਾ ਹੀ ਇਹ ਗੇਮ ਫੁੱਟਬਾਲ ਦੀ ਹੈਗੀ ਹੈ। ਸਾਨੂੰ ਰੱਬ ਨੇ ਇੱਕ ਮੌਕਾ ਦਿੱਤਾ ਭੇਜਿਆ ਇੱਥੇ, ਜਿਹੜਾ ਦੁਨੀਆ ਵਿੱਚ ਜਿਹੜਾ ਮਜ਼ਹਬ ਹੋਵੇ ਇੱਕੋ ਹੀ ਮੌਕਾ ਹੈ, ਐਂਡ ਦੈਟਸ ਇਟ। ਜ਼ਿੰਦਗੀ ਵੇਸਟ ਕਰਨੀ ਹੈ ਤਾਂ ਟਾਲੀ ਜਾਓ ਕੱਲ੍ਹ ਨੂੰ। ਰਿਪੀਟ ਕਰਦਾ, ਜ਼ਿੰਦਗੀ ਵੇਸਟ ਕਰਨੀ ਹੈ ਕੱਲ੍ਹ ਕਰ ਦਾਂਗੇ ਜੀ। ਉਹ ਤੂੰ ਤਾਂ ਯਾਰ 500 ਸਾਲ ਵਾਸਤੇ ਆਇਆ ਇੱਥੇ, ਹੈ ਤੇਰੀ ਤਾਂ, ਤੈਨੂੰ ਤਾਂ ਟਾਈਮ ਹੀ ਟਾਈਮ ਹੈ ਯਾਰ। ਸਾਡੇ ਕੋਲ ਤਾਂ ਟਾਈਮ ਕੋਈ ਨਹੀਂ, ਤੇਰੇ ਕੋਲ ਟਾਈਮ ਹੀ ਟਾਈਮ ਹੈ, ਕੋਈ ਨਹੀਂ। ਤੂੰ 5 ਸਾਲ 1000 ਸਾਲ ਹੀ ਬੈਠੇ ਰਹਿਣਾ ਇੱਥੇ ਤਾਂ, ਔਰ ਤੂੰ ਹੀ ਹੋਏਗਾ ਇੱਥੇ, ਹੋਰ ਤਾਂ ਕੋਈ ਹੋਣਾ ਨਹੀਂ ਇਹਦੇ। ਹੈਲੋ, ਤਾਂ ਜੇ ਐਟੀਚਿਊਡ ਅਗਰ ਪੋਜ਼ਿਟਿਵ ਕਰਨਾ ਹੈਗਾ ਤਾਂ ਸਾਨੂੰ ਇਹ ਆਦਤ ਬਣਾਉਣੀ ਹੈਗੀ ਹੈ ਕਿ ਕੋਈ ਕੰਮ ਕਰਨਾ ਹੋਵੇ ਤੁਰੰਤ ਅਭੀ ਨਾਓ, ਦੈਟਸ ਇਟ। ਮੈਨੂੰ ਇੱਕ ਗੱਲ ਦੱਸੋ, ਜੇ ਸਾਡੇ ਲੋਕਾਂ ਵਿੱਚ ਸਭ ਵਿੱਚ ਅਗਰ ਇੱਕ ਇਹ ਚੀਜ਼ ਆ ਜਾਵੇ ਕਿ ਕੱਲ੍ਹ ਤਾਂ ਮੈਂ ਕੁਛ ਨਹੀਂ ਛੱਡਣਾ, ਹੁਣ ਕਰਨਾ ਹੈਗਾ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਹਰੇਕ ਦੀ ਪ੍ਰੋਡਕਟਿਵਿਟੀ ਕਿੱਥੇ ਪਹੁੰਚ ਜਾਏਗੀ? ਆ ਮੰਨ ਲਓ ਜੇ ਸਾਡੇ ਮੁਲਕ ਵਿੱਚ, ਸਾਰੇ ਇੰਡੀਆ ਵਿੱਚ, ਪੂਰੇ ਦੇਸ਼ ਵਿੱਚ ਅਗਰ ਜੇ ਸਾਰੇ ਇੱਕ ਇਹੀ ਪ੍ਰਿੰਸੀਪਲ ਪ੍ਰੈਕਟਿਸ ਕਰਨਾ ਸ਼ੁਰੂ ਕਰ ਦੇਣ, ਇਹ ਮੁਲਕ ਦਾ ਕੀ ਹਾਲ ਹੋਊਗਾ? ਇਹ ਇੱਕਦਮ ਪ੍ਰੋਬਲਮ ਹੈਗੀ ਹੈ। ਬਟ ਕੀ ਨਹੀਂ ਚਾਹ, ਇਹ ਕੀ, ਡੋਂਟ ਵੀ ਵਾਂਟ ਇਟ? ਇਹ ਚਾਹੁੰਦੇ ਹਾਂ ਅਸੀਂ, ਰਾਈਟ? ਕਾਕਾ ਮੈਨੂੰ ਇਹ ਗੱਲ ਦੱਸੋ, ਛੋਟੀ ਜਿਹੀ, ਇੰਨੀ ਛੋਟੀ ਜਿਹੜੀ ਗੱਲ ਮੈਂ ਕਹੀ ਹੈਗੀ ਹੈ, ਇਹਨੂੰ ਸਮਝਣ ਵਾਸਤੇ ਕੋਈ PhD ਚਾਹੀਦੀ ਹੈ? ਮੈਨੂੰ ਇੰਨੀ ਜਿਹੀ ਗੱਲ ਸਮਝਣ ਵਾਸਤੇ MBA ਚਾਹੀਦੀ ਹੈ? ਪਤਾ ਕੀ, PhD MBA ਕਰਨ ਦੇ ਬਾਅਦ ਵੀ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕੁਛ ਵੀ, ਧੇਲੇ ਦੀ ਸਮਝ ਨਹੀਂ ਆਉਂਦੀ। ਆਈ ਯੂ ਵਿਦ ਮੀ? ਸੋ ਸਟੈਪ 2 ਜਿਹੜਾ ਹੈਗਾ ਜ਼ਿੰਦਗੀ ਵਿੱਚ, ਅਗਰ ਜੇ ਪੋਜ਼ਿਟਿਵ ਬਣਨਾ ਹੈਗਾ, ਸਾਨੂੰ ਇਹਨੂੰ ਅਪਣਾਉਣਾ ਪੈਣਾ। ਇਹ ਸੈਕਿੰਡ ਸਟੈਪ ਹੈਗਾ, ਜੋ ਕੰਮ ਹੋਵੇ ਤੁਰੰਤ ਹੁਣ ਨਾਲ ਐਸੀ ਟਾਈਮ ਹੀ ਕਰਨਾ ਹੈਗਾ। ਸਟੈਪ 3, ਤੀਸਰਾ ਹੈਗਾ, ਜ਼ਿੰਦਗੀ ਵਿੱਚ ਜੋ ਪਰਮਾਤਮਾ ਨੇ ਦਿੱਤਾ ਹੈਗਾ ਉਹਦਾ ਸ਼ੁਕਰ ਕਰਨਾ ਚਾਹੀਦਾ ਹਮੇਸ਼ਾ। ਜੋ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਕਰਨਾ ਚਾਹੀਦਾ ਹੈਗਾ। ਉਹ ਕਿੱਦਾਂ? ਇਸੀ, ਜਦੋਂ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ, ਸਾਡੀ ਸੋਚ ਬਦਲ ਜਾਂਦੀ ਹੈਗੀ ਹੈ, ਇੱਕਦਮ ਸੋਚਣ ਦਾ ਤਰੀਕਾ ਬਦਲ ਜਾਂਦਾ। ਇਹਨੂੰ ਕਹਿੰਦੇ ਨੇ ਐਟੀਟਿਊਡ ਬਦਲ ਗਿਆ। ਨਾਓ, ਪਰਮਾਤਮਾ ਦਾ ਸ਼ੁਕਰ ਕਰਨ ਦਾ ਇਹ ਮਤਲਬ ਨਹੀਂ ਹੈਗਾ ਕਿ ਢਿੱਲੇ ਹੋ ਕੇ ਵਿਹਲੇ ਬਹਿ ਜਾਓ ਔਰ ਆਲਸੀ ਬਣ ਕੇ ਬਹਿ ਜਾਓ, ਜੋ ਦਿੱਤਾ ਉਨਾ ਹੀ ਕਾਫੀ ਹੈ, ਬਹੁਤ ਆ, ਇਹਦਾ ਇਹ ਮਤਲਬ ਨਹੀਂ ਹੈਗਾ।
ਜੇ ਤੁਸੀਂ ਇਹ ਮਤਲਬ ਇਹਦਾ ਕੱਢਿਆ ਹੈਗਾ ਤੇ ਇਹਦਾ ਮਤਲਬ ਇਹ ਹੈਗਾ ਕਿ ਮੈਂ ਫੇਲ ਹੋ ਗਿਆ ਆਪਣੇ ਕਮਿਊਨੀਕੇਸ਼ਨ ਕਰਨੇ ਵਿੱਚ, ਮੈਂ ਫੇਲ ਹੋ ਗਿਆ, ਔਰ ਤੁਸੀਂ ਆਪਣੇ ਸੁਣਨੇ ਵਿੱਚ ਮੰਤ ਕੜਾਂਤੇ ਆਪਣਾ ਦੇ ਮਤਲਬ ਕੱਢੀ ਜਾਂਦੇ ਹੈਗੇ ਹੋ। ਇਸੀ ਇੱਕ ਔਰਤ ਦਾ ਐਕਸੀਡੈਂਟ ਹੋਇਆ ਅਮਰੀਕਾ ਵਿੱਚ ਤੇ ਉਹਨੂੰ ਇੰਸ਼ੋਰੈਂਸ ਕੰਪਨੀ ਨੇ 1 ਕਰੋੜ ਰੁਪਇਆ ਦਿੱਤਾ ਔਰ ਪੈਰਲਾਈਜ਼ ਹੋ ਗਈ, ਗਰਦਨ ਤੋਂ ਥੱਲੇ ਇੱਕਦਮ ਪੈਰਲਾਈਜ਼ ਹੋ ਗਈ ਤੇ ਇੰਸ਼ੋਰੈਂਸ ਕੰਪਨੀ ਨੇ ਉਹਨੂੰ 1 ਕਰੋੜ ਰੁਪਇਆ ਕੰਪਨਸੇਸ਼ਨ ਦਿੱਤਾ ਉਹਦਾ। ਹੁਣ ਮੈਂ ਤੁਹਾਨੂੰ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ, ਤੁਹਾਡੇ ਵਿੱਚੋਂ ਕਿੰਨੇ ਬੰਦੇ ਇਹੋ ਜਿਹੇ ਹੈਗੇ ਜਿਹੜੇ ਅੱਜ 1 ਕਰੋੜ ਲੈ ਕੇ ਪੈਰਲਾਈਜ਼ ਹੋਣਾ ਚਾਹੁੰਦੇ ਹੈਗੇ? ਤੁਹਾਨੂੰ 1 ਕਰੋੜ ਮਿਲੇ ਪੈਰਲਾਈਜ਼ ਹੋਣਾ ਚਾਹੋਗੇ? ਹੈਲੋ, ਕੋਈ ਨਹੀਂ ਹੋਣਾ ਚਾਹੋ। ਸੋ ਤੁਸੀਂ ਤਾਂ ਅਰਬਪਤੀ ਹੁਣੇ ਬੈਠੇ ਹੋ ਸਾਰੇ, ਤੁਸੀਂ ਤਾਂ ਤੁਹਾਨੂੰ ਅਰਬ ਮਿਲੇ ਤਾਂ ਵੀ ਨਹੀਂ ਕਰਨਾ ਹੁਣ ਪੈਰਲਾਈਜ਼ ਹੋਣਾ ਚਾਹੀਦਾ, ਠੀਕ ਗੱਲ ਹੈ। ਸੋ ਬੋਟਮ ਲਾਈਨ ਇਹਦਾ ਮਤਲਬ ਕੀ ਹੈਗਾ, ਕਿਸੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਜੋ ਉਹਨੇ ਦਿੱਤਾ ਹੈਗਾ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਆਲਸੀ ਬਣ ਕੇ ਬਹਿ ਜਾਓ ਔਰ ਅੱਗੇ ਹਮਨੇ ਵਧਣ ਦੀ ਤਰੱਕੀ ਨਾ ਸੋਚੋ, ਇਹ ਬਿਲਕੁਲ ਮਤਲਬ ਨਹੀਂ ਹੈਗਾ। ਇਹ ਟੋਟਲ ਮਨ ਗ੍ਰੰਥ ਤੁਹਾਡੇ ਆਪਣੇ ਮਤਲਬ ਹੈਗੇ ਨੇ। ਸੋ ਲੇਕਿਨ ਸ਼ੁਕਰ ਕਰਨਾ ਸਿੱਖੋ ਅੱਗੇ, ਆਈ ਵਿਦ ਮੀ? ਸ਼ੁਕਰ ਕਰਨਾ ਸਿੱਖੋ, ਸਟੈਪ 4, ਨੰਬਰ 1, 4 ਨੰਬਰ ਸਟੈਪ 4 ਹੋ ਗਿਆ। ਇੱਕ ਲਗਾਤਾਰ ਆਪਣੀ ਐਜੂਕੇਸ਼ਨ ਦਾ ਇੱਕ ਪ੍ਰੋਗਰਾਮ ਬਣਾਓ, ਪਰਮਾਨੈਂਟ ਆਪਣੀ ਐਜੂਕੇਸ਼ਨ ਦਾ ਇੱਕ ਪ੍ਰੋਗਰਾਮ ਬਣਾਓ, ਡੇਲੀ ਲਗਾਤਾਰ ਆਪਣੀ ਐਜੂਕੇਸ਼ਨ ਹਾਸਲ ਕਰਨ ਵਾਸਤੇ ਇੱਕ ਕਾਰਜਕ੍ਰਮ ਤਿਆਰ ਕਰੋ ਆਪਣਾ। ਇਹਦਾ ਕੀ ਮਤਲਬ ਹੋਇਆ, ਇਹ ਟਾਈਮ ਟੇਬਲ ਜਿਸ ਤਰੀਕੇ ਨਾਲ ਸਾਡੇ ਜਿਸਮ ਨੂੰ ਰੋਜ਼ ਦੀ ਰੋਟੀ ਚਾਹੀਦੀ ਹੁੰਦੀ ਹੈ, ਉਸੇ ਤਰੀਕੇ ਨਾਲ ਸਾਡੇ ਦਿਮਾਗ ਨੂੰ ਅੱਛੇ ਡੇਲੀ ਵਿਚਾਰ ਚਾਹੀਦੇ ਹੁੰਦੇ ਹੈਗੇ ਨੇ। ਇਹਦਾ ਰਸਤਾ ਕੀ ਹੋਇਆ, ਤੁਸੀਂ ਇਹ ਦੇਖੋ, ਇੱਕ ਆਪਣਾ ਸੰਕਲਪ ਕਰੋ ਕਿ ਮੈਂ ਹਰ ਹਫ਼ਤੇ ਜਾਂ 10 ਦਿਨ ਵਿੱਚ ਇੱਕ ਅੱਛੀ ਕਿਤਾਬ ਪੜ੍ਹਨੀ ਹੈਗੀ ਹੈ, ਅੱਛੇ ਕੁ ਵੀਡੀਓ ਸੁਣਨਾ ਹੈਗਾ, ਕੁਛ ਵੀ ਹੈਗਾ, ਡੇਲੀ ਇੱਕ ਆਦਤ ਬਣਾ ਲਓ। ਨਾ ਇਹਦੀ ਕਹਾਣੀ ਹੈਗੀ ਹੈ, ਇੱਕ ਵਾਰੀ ਇੱਕ ਲੱਕੜਹਾਰਾ ਸੀਗਾ, ਉਹ ਪੇੜ ਕੱਟਦਾ ਹੁੰਦਾ ਸੀਗਾ, ਉਹ 5 ਸਾਲ ਉਹਨੇ ਇੱਕ ਕੰਪਨੀ ਵਿੱਚ ਕੰਮ ਕੀਤਾ, ਉਹਦੀ ਤਰੱਕੀ ਕੋਈ ਨਹੀਂ ਹੋਈ, ਉਸੇ ਪੈਸੇ 'ਤੇ ਬੈਠਾ ਸੀਗਾ, ਫਿਰ ਉੱਥੇ ਸਾਲ ਰਹਿ ਗਏ, 10 ਸਾਲ ਹੋ ਗਏ, ਕਹਿੰਦਾ ਤਰੱਕੀ ਕੋਈ ਨਹੀਂ ਹੋਈ 10 ਸਾਲ। ਲੇਕਿਨ ਕੀ ਹੋਇਆ ਓ ਅੱਛਾ 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 ਓਕੇ ਉਹ ਕੀ ਹੋਇਆ ਕਿ ਉਹ 10 ਸਾਲ ਉੱਥੇ ਕੰਮ ਕਰੇ ਅਤੇ ਉਹਦੀ ਤਰੱਕੀ ਕੋਈ ਨਹੀਂ ਹੋਈ, ਲੇਕਿਨ ਇਸ ਕੰਪਨੀ ਨੇ ਇੱਕ ਨਵਾਂ ਬੰਦਾ ਆਇਆ, ਉਹਨੂੰ 1 ਸਾਲ ਦੇ ਬਾਅਦ ਹੀ ਤਰੱਕੀ ਹੋ ਦਿੱਤੀ, ਉਹਦੇ ਉਹਨੇ ਪੈਸੇ ਵੱਧ ਗਏ, ਅਤੇ ਹੁਣ ਜਿਹੜਾ 10 ਸਾਲ ਤੋਂ ਉੱਥੇ ਸੀਗਾ ਉਹਨੂੰ ਬੜੀ ਤਕਲੀਫ ਹੋਈ, ਕਹਿੰਦਾ ਮੈਂ 10 ਸਾਲ ਤੋਂ ਇੱਥੇ ਹੈਗਾ ਯਾਰ, ਮੈਨੂੰ ਕੁਛ ਨਹੀਂ, ਮੈਂ ਉੱਥੇ ਬੈਠਾ, ਇਹਨੂੰ 1 ਸਾਲ ਹੋ ਗਏ, ਇਹਨੂੰ ਤਰੱਕੀ ਹੋ ਗਈ, ਅਤੇ ਉਹ ਆਪਣੇ ਮੈਨੇਜਰ ਕੋਲ ਗਿਆ, ਕਹਿੰਦਾ ਸਾਹਿਬ ਇਹ ਤਾਂ ਠੀਕ ਨਹੀਂ ਲੱਗਿਆ ਮੈਨੂੰ, ਅਤੇ ਮੈਨੇਜਰ ਕਹਿੰਦਾ ਗੱਲ ਇਹ ਹੈ, ਅਸੀਂ ਇੱਥੇ ਜਿਹੜੇ ਲੋਕ ਨਤੀਜੇ ਦਿੰਦੇ ਹੈਗੇ ਨੇ ਉਹਨਾਂ ਨੂੰ ਅਸੀਂ ਫਾਇਦਾ ਦਿੰਦੇ ਹਾਂ, ਜਿਹੜਾ ਖਾਲੀ ਇੱਦਾਂ ਬੈਠਾ ਹੁੰਦਾ ਉਹਨੂੰ ਫਾਇਦਾ ਨਹੀਂ ਦਿੰਦੇ, ਇਹਦੇ ਤਾਂ ਇਹ ਹੁਣ ਸਾਲ ਵਿੱਚ ਆਇਆ, ਲੇਕਿਨ ਇਹਦੀ ਪ੍ਰੋਡਕਟੀਵਿਟੀ 1 ਸਾਲ ਵਿੱਚ ਵੱਧ ਗਈ ਹੈਗੀ ਹੈ, ਉਹ ਤੇਰੀ 10 ਸਾਲਾਂ ਵਿੱਚ ਉੱਨੀ ਦੀ ਉੱਨੀ ਹੈਗੀ ਹੈ, ਅਤੇ ਮੈਂ ਹੁਣ ਤੈਨੂੰ ਤਰੱਕੀ ਕਿੱਦਾਂ ਦੇ ਦੇਵਾਂ। ਤੋ ਵਾਪਸ ਗਿਆ, ਬਹੁਤ ਜ਼ਿਆਦਾ ਟਾਈਮ ਲਗਾ ਕੇ ਉਹਨੇ ਮਾਰਨਾ ਸ਼ੁਰੂ ਕੀਤਾ, ਟਾਈਮ ਐਕਸਟਰਾ ਮਾਰਨਾ ਲਗਾਉਣਾ ਸ਼ੁਰੂ ਕੀਤਾ, ਜ਼ੋਰ ਜ਼ੋਰ ਦੀ ਉਹਨੇ ਪੇੜਾਂ ਨੂੰ ਮਾਰਿਆ, ਲੇਕਿਨ ਉਹਦੀ ਪ੍ਰੋਡਕਟੀਵਿਟੀ ਵਧੀ ਨਹੀਂ।
ਤੇ ਉਹਨੇ ਸੋਚਿਆ ਕਿ ਹੋ ਸਕਦਾ ਹੈਗਾ ਇਹ ਜਿਹੜਾ ਨਵਾਂ ਬੰਦਾ ਆਇਆ ਹੋ ਸਕਦਾ ਇਹਨੂੰ ਕੁਛ ਐਸੀ ਚੀਜ਼ ਮਾਲੂਮ ਹੋਵੇ ਜਿਹੜੀ ਮੈਨੂੰ ਪਤਾ ਨਹੀਂ ਹੈਗੀ ਹੈ, ਇਹਦੇ ਕੋਲ ਜਾ ਕੇ ਸਿੱਖ ਤਾਂ ਲਈ ਕੀ ਕਹਿੰਦਾ ਹੈ। ਅਤੇ ਇਹਦੇ ਕੋਲ ਗਿਆ, ਕਹਿੰਦਾ ਭਾਈ ਤੇਰੀ ਪ੍ਰੋਡਕਟੀਵਿਟੀ ਵੱਧ ਕਿਵੇਂ ਗਈ? ਕਹਿੰਦਾ ਗੱਲ ਇਹ ਹੈ ਕਿ ਮੈਂ ਜਦੋਂ ਇੱਕ ਪੇੜ ਕੱਟਦਾ, ਹਰ ਪੇੜ ਕੱਟਣ ਦੇ ਬਾਅਦ 2 ਮਿੰਟ ਬਹਿ ਜਾਂਦਾ ਆਰਾਮ ਨਾਲ, ਅਤੇ ਮੇਰੀ ਜਿਹੜੀ ਆਰੀ ਹੈਗੀ ਹੈ ਮੈਂ ਉਹਨੂੰ ਤੇਜ਼ ਕਰਦਾ। ਕਹਿੰਦਾ ਹਰ ਪੇੜ ਕੱਟਣ ਦੇ ਬਾਅਦ ਮੈਂ 2 ਮਿੰਟ ਬੈਠ ਕੇ ਆਪਣੀ ਆਰੀ ਨੂੰ ਤੇਜ਼ ਕਰਦਾ। ਅਤੇ ਇਹਨੂੰ ਪੁੱਛਦਾ, ਕਹਿੰਦਾ ਤੂੰ ਕਦੋਂ ਆਪਣੀ ਆਰੀ ਤੇਜ਼ ਕੀਤੀ ਸੀ? ਉਹ 10 ਸਾਲ ਪਹਿਲਾਂ। ਕਹਿੰਦਾ 10 ਸਾਲ ਹੋ ਗਏ। ਕਹਿੰਦਾ ਤਾਂ ਹੀ ਤੇਰੀ ਪ੍ਰੋਡਕਟੀਵਿਟੀ ਵਧੀ ਨਹੀਂ। ਕਹਿੰਦਾ ਮੈਂ ਔਰ ਜਿਹੜੀ ਆਪਣਾ ਡੇਲੀ ਅਗਰ ਅੱਛੇ ਵਿਚਾਰ ਜਿਹੜੇ ਹੈਗੇ ਨੇ ਇਹਨੂੰ ਕਹਿੰਦੇ ਨੇ ਆਪਣੀ ਆਰੀ ਤੇਜ਼ ਕਰਨਾ ਡੇਲੀ। ਆਯੁਰਵੇਦ ਨੇ ਜੇ ਇਹ ਤੇਜ਼ ਨਹੀਂ ਕਰੋਗੇ ਤਾਂ ਸਾਡੀ ਪ੍ਰੋਡਕਟੀਵਿਟੀ ਕਦੀ ਵਧੇਗੀ ਨਹੀਂ। ਕਲੀਅਰ? ਕੋਈ ਕਨਫਿਊਜ਼ਨ? ਲਾਸਟ ਟੇਬਲ ਇੱਧਰ, ਲਾਸਟ ਟੇਬਲ। ਕਲੀਅਰ? ਕੋਈ ਕਨਫਿਊਜ਼ਨ? ਓਕੇ। ਤਾਂ ਇਸ ਵਾਸਤੇ ਸਾਨੂੰ ਡੇਲੀ ਆਪਣੀ ਆਰੀ ਤੇਜ਼ ਕਰਨੀ ਪੈਣੀ ਹੈ, ਤਾਂ ਹੀ ਅੱਗੇ ਜ਼ਿੰਦਗੀ ਵਿੱਚ ਵੱਧ ਸਕਦਾ, ਵਰਨਾ ਕਿੱਦਾਂ ਵਧੂਗਾ? ਓਕੇ, ਸਟੈਪ 5। 5 ਨੰਬਰ ਦਾ ਸਟੈਪ ਕੀ ਹੋਇਆ? ਇਹ ਹੈਗਾ ਕਿ ਸਟੈਪ 5 ਹੈਗਾ ਆਪਣਾ ਸੈਲਫ ਐਸਟੀਮ ਵਧਾਉਣਾ ਹੈਗਾ, ਆਪਣਾ ਸੈਲਫ ਐਸਟੀਮ ਵਧਾਉਣਾ ਹੈ। ਜਿਹਨੂੰ ਇਨ ਦੇ ਵਰਡਸ ਅੱਛੇ ਸਵਾਭਿਮਾਨ ਕਾ ਨਿਰਮਾਣ ਕਰਨਾ ਹੈ, ਅੱਛੇ ਸਵਾਭਿਮਾਨ ਕਾ ਨਿਰਮਾਣ ਕਰਨਾ ਹੈ, ਹਮਕੋ ਅੱਛਾ ਸਵਾਭਿਮਾਨ ਬਣਾਉਣਾ ਹੈ, ਸੈਲਫ ਐਸਟੀਮ ਨੂੰ ਵਧਾਉਣਾ ਹੈਗਾ। ਇਹਦਾ ਹੁਣ ਮੈਂ ਬਹੁਤ ਇਨ ਸ਼ੋਰਟ ਤੁਹਾਨੂੰ ਅੱਜ ਸ਼ੇਅਰ ਕਰਨਾ ਚਾਹੁੰਦਾ, ਬਹੁਤ ਸ਼ੋਰਟ ਵਿੱਚ ਉਹ ਹੈ। ਮੈਂ ਕੋਈ 30 ਸਾਲ ਪਹਿਲਾਂ ਇੱਕ ਬੰਦੇ ਨੂੰ ਮਿਲਿਆ ਅਮਰੀਕਾ ਵਿੱਚ, ਅਤੇ ਉਹਨੇ ਮੈਨੂੰ ਕਿਹਾ ਕਿ ਕਹਿੰਦਾ ਸ਼ਿਵ ਤੂੰ ਆਪਣਾ ਸੈਲਫ ਐਸਟੀਮ ਵਧਾਉਣਾ ਹੈਗਾ ਨਾ, ਅਤੇ ਕੰਮ ਕਰ, ਤੂੰ ਜਾ ਕੇ ਕਿਸੇ ਵਾਸਤੇ ਕੁਛ ਐਸਾ ਕੰਮ ਕਰ ਜੋ ਕਿ ਤੈਨੂੰ ਕਦੀ ਵਾਪਸ ਉਹਦਾ ਤੈਨੂੰ ਨਾ ਪੈਸੇ ਵਿੱਚ ਤੈਨੂੰ ਸ਼ੁਕਰੀਆ ਕਰ ਸਕਦੇ ਨੇ, ਨਾ ਹੀ ਕਿਸੇ ਤਰੀਕੇ ਨਾਲ ਤੈਨੂੰ ਵਾਪਸ ਦੇ ਕੈਨ ਨੋਟ ਡੂ ਐਨੀਥਿੰਗ ਫੋਰ ਯੂ। ਕਹਿੰਦਾ ਤੁਸੀਂ ਕਿਸੇ ਵਾਸਤੇ ਕੁਛ ਐਸਾ ਕੰਮ ਕਰੋ ਜੋ ਤੇਰੇ ਵਾਸਤੇ ਕੁਛ ਨਾ ਕਰ ਸਕੇ। ਉਹ ਕਹਿੰਦਾ ਫਿਰ ਤਾਂ ਤੂੰ ਦੇਖੇਗਾ ਤੇਰਾ ਸੈਲਫ ਐਸਟੀਮ ਵਧਣਾ ਸ਼ੁਰੂ ਹੋ ਜਾਏਗਾ। ਮੈਨੂੰ ਗੱਲ ਸਮਝ ਆਈ ਅਤੇ ਮੈਂ ਫਿਰ ਅਮਰੀਕਾ ਵਿੱਚ ਅਪਲਾਈ ਕੀਤਾ ਜੇਲਜ਼ ਵਿੱਚ, ਉੱਥੇ ਅਮੈਰੀਕਨ ਜੇਲ ਹੈਗੀਆਂ, ਅਤੇ ਮੈਂ ਕਿਹਾ ਕਿ ਮੈਂ ਆਪਣਾ ਟਾਈਮ ਵਾਲੰਟੀਅਰ ਕਰਨਾ ਚਾਹੁੰਦਾ ਇਨ ਮੈਕਸੀਮਮ ਸਿਕਿਉਰਿਟੀ ਪ੍ਰਿਜ਼ਨ। ਮੈਕਸੀਮਮ ਸਿਕਿਉਰਿਟੀ ਪ੍ਰਿਜ਼ਨ ਜਿਹੜੇ ਹੈਗੇ ਨੇ, ਆਈ ਮੀਨ ਇਹ ਛੋਟੇ ਕ੍ਰਿਮੀਨਲ ਨਹੀਂ ਹੁੰਦੇ, ਇੱਥੇ ਮਰਡਰਸ ਰੇਪਿਸ ਹਿਊਜ ਬਿਗ ਟਾਈਮ। ਅਤੇ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਜਾ ਕੇ ਐਟੀਟਿਊਡ ਪ੍ਰੋਗਰਾਮ ਸਿਖਾਉਣਾ ਚਾਹੁੰਦਾ, ਸੈਲਫ ਐਸਟੀਮ ਪ੍ਰੋਗਰਾਮ ਸਿਖਾਉਣਾ ਚਾਹੁੰਦਾ, ਬਿਕੋਜ਼ ਇਹੀ ਬੰਦੇ ਅਗਰ ਜੇ ਸਮਝ ਪੈਣਗੇ ਤਾਂ ਦੇ ਵਿਲ ਬੀ ਯੋਰ ਬਿਗ ਐਸੈਟ, ਇਹ ਤੁਹਾਡੇ ਪੂੰਜੀ ਬਣ ਜਾਊਗੀ। ਅਤੇ ਮੈਨੂੰ ਉੱਥੇ ਜਾ ਕੇ ਤੁਸੀਂ ਵਾਲੰਟੀਅਰ ਵੀ ਨਹੀਂ ਕਰ ਸਕਦੇ, ਤੁਹਾਨੂੰ ਬਹੁਤ ਕਲੀਅਰੈਂਸਾਂ ਲੈਣੀਆਂ ਪੈਂਦੀਆਂ FBI ਤੋਂ ਐਂਡ ਆਲ ਦੈਟ ਸਟੱਫ। ਐਨੀਵੇ, ਉਹਨਾਂ ਨੇ ਸਾਰਾ ਮੈਨੂੰ ਕਲੀਅਰ ਕੀਤਾ ਕਰਕੇ ਮੈਂ ਜਾ ਕੇ ਜੇਲ੍ਹ ਵਿੱਚ ਇਹ ਪ੍ਰੋਗਰਾਮ ਉੱਥੇ ਵਾਲੰਟੀਅਰ ਕਰਨਾ ਸ਼ੁਰੂ ਕੀਤਾ। ਵਾਲੰਟੀਅਰ ਤਾਂ ਸਮਝਦੇ ਹੋ ਨਾ? ਯੈਸ ਨੋ? ਹੈਲੋ, ਲਾਸਟ ਟੇਬਲ ਸਮਝਦੇ ਹੋ? ਓਕੇ। ਸੋ ਮੈਂ ਉੱਥੇ ਹਫ਼ਤੇ ਵਿੱਚ ਇੱਕ ਵਾਰੀ ਜਾਂਦਾ ਸੀਗਾ ਅਤੇ ਜਾ ਕੇ ਉੱਥੇ ਪ੍ਰੋਗਰਾਮ ਕਰਦਾ ਸੀਗਾ। ਇੱਕ ਵਾਰੀ ਮੈਂ ਆਪਣਾ ਪ੍ਰੋਗਰਾਮ ਕਰਾ ਕੇ ਸਭ ਬਾਹਰ ਨਿਕਲ ਰਿਹਾ ਸੀ, ਉੱਥੇ ਸਿਕਿਉਰਿਟੀ ਬਹੁਤ ਹੈਗੀ ਹੈ, ਵੈਰੀ ਹਾਈ ਸਿਕਿਉਰਿਟੀ। ਅਤੇ ਮੈਂ ਜਿਵੇਂ ਬਾਹਰ ਨਿਕਲਿਆ ਕੋਰੀਡੋਰ ਤੋਂ, ਜੇਲ੍ਹ ਦੇ ਅੰਦਰ ਹੀ ਸੀਗੇ, ਅਤੇ ਮੈਂ ਇੱਕ ਕਿਸੇ ਨੇ ਮੈਨੂੰ ਜ਼ੋਰ ਦੀ ਇੱਥੇ ਮੋਢੇ 'ਤੇ ਹੱਥ ਰੱਖ ਕੇ ਕੀਤਾ ਇੱਦਾਂ,
ਤੇ ਮੈਂ ਦੇਖਿਆ ਪਿੱਛੇ ਇੱਕ ਬੰਦਾ 6 ft 10 in 300 pound ਵਾਲਾ ਮੇਰੇ ਪਿੱਛੇ ਖੜਾ ਹੈ ਤੇ ਮੈਂ ਇਹਦਾ ਦੇਖਿਆ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਤੇ ਮੈਂ ਇੱਕ ਚੀਜ਼ ਹੁਣ ਆਪਣਾ ਅਸੂਲ ਬਣਾਇਆ ਹੈਗਾ ਜਦੋਂ 6 ft 10 in ਹੋਵੇ ਕੱਦ ਅਤੇ 300 pound ਵਜ਼ਨ ਹੋਵੇ ਅਤੇ ਜੇ ਉਹ ਮੈਨੂੰ ਕੁਛ ਸੁਣਾਉਣਾ ਚਾਹੁੰਦੇ ਨੇ ਤਾਂ ਮੈਂ ਸੁਣਨ ਨੂੰ ਤਿਆਰ ਹੋ ਜਾਂਦਾ ਸਭ ਤੋ ਮੈਂ ਕਿਹਾ ਦੱਸ ਭਾਈ ਤੂੰ ਕੀ ਸੁਣਾਉਣਾ ਚਾਹੁੰਦਾ ਕਹਿੰਦਾ ਹੁਣ ਮੈਂ ਰਿਲੀਜ਼ ਹੋ ਰਿਹਾ 18 March ਨੂੰ ਬਹੁਤ 25 years ਪੁਰਾਣੀ ਗੱਲ ਹੈ ਅਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਕਿਹਾ ਦੱਸ ਭਾਈ ਤੂੰ ਇੱਥੇ ਜੇ ਪ੍ਰੋਗਰਾਮ ਅਸੀਂ ਕਰਦੇ ਹਾਂ ਤੂੰ ਸਿੱਖਿਆ ਕੀ ਕਹਿੰਦਾ ਮੈਨੂੰ ਬਹੁਤ ਚੰਗਾ ਲੱਗਣ ਲੱਗਿਆ ਹੈਗਾ ਮੈਂ ਕਿਹਾ ਚੰਗਾ ਲੱਗਿਆ ਨਹੀਂ ਹੈਗਾ ਤੇਰੇ ਵਿਵਹਾਰ 'ਚ ਬਦਲਾਓ ਕੀ ਆਇਆ ਕਿਉਂਕਿ ਜਦ ਤੱਕ ਵਿਵਹਾਰ 'ਚ ਬਦਲਾਓ ਨਹੀਂ ਆਏਗਾ ਮੈਂ ਕਿਹਾ ਤੂੰ ਸਿੱਖਿਆ ਹੀ ਕੁਛ ਨਹੀਂ ਆਯੂ ਵਿਦ ਮੀ ਤੂੰ ਟਾਈਮ ਖਰਾਬ ਕਰੀ ਜਾਣਾ ਹੁਣ ਸਾਡੇ ਇੱਥੇ ਵੀ ਅਸੀਂ ਬੈਠੇ ਹਾਂ ਜੇ ਵਿਵਹਾਰ 'ਚ ਬਦਲਾਓ ਨਹੀਂ ਆਇਆ ਤਾਂ ਸਿੱਖਿਆ ਹੀ ਕੁਛ ਨਹੀਂ ਖਾਲੀ ਇਨਫੋਰਮੇਸ਼ਨ ਲੈ ਕੇ ਚਲੇ ਗਏ ਕੁਛ ਨਹੀਂ ਹੋਇਆ ਸਾਨੂੰ ਇਨਫੋਰਮੇਸ਼ਨ ਨਹੀਂ ਚਾਹੀਦੀ ਟ੍ਰਾਂਸਫੋਰਮੇਸ਼ਨ ਚਾਹੀਦੀ ਮਤਲਬ ਬਦਲਾਓ ਚਾਹੀਦਾ ਹੈ ਯੈਸ ਨੋ ਓਕੇ ਸੋ ਮੈਂ ਕਿਹਾ ਬਾਈ ਤੇਰੀ ਬਿਹੇਵੀਅਰ 'ਚ ਬਦਲਾਓ ਕੀ ਆਇਆ ਕਹਿੰਦਾ ਜੀ ਮੈਂ ਆਪਣਾ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਹੈ ਬਹੁਤ ਵਧੀਆ ਹੈਗਾ ਮੈਂ ਕਿਹਾ ਚੱਲ ਠੀਕ ਹੈ ਅਤੇ ਆਈ ਫੀਲ ਗੁੱਡ ਅਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਦੱਸ ਜਦੋਂ ਤੂੰ ਹੁਣ ਛੁੱਟ ਕੇ ਜਾਏਂਗਾ ਇੱਥੋਂ ਮਾਰਚ ਵਿੱਚ ਤੂੰ ਕਿਹੜੀ ਚੀਜ਼ ਫਰਕ ਕਰੇਗਾ ਕਹਿੰਦਾ ਮੈਂ ਸਮਾਜ ਸੇਵਕ ਬਣ ਜਾਵਾਂਗਾ ਮੈਂ ਸਮਾਜ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਧਿਆਨ ਨਾਲ ਦੇ ਜੇ ਕਹਿੰਦਾ ਮੈਂ ਸਮਾਜ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਫਿਰ ਮੈਂ ਦੁਬਾਰਾ ਪੁੱਛਿਆ ਮੈਂ ਕਿਹਾ ਬਾਈ ਕੀ ਕਰੇਗਾ ਦੁਬਾਰਾ ਤੂੰ ਕਹਿੰਦਾ ਮੈਂ ਸਮਾਜ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਫਿਰ ਪੁੱਛਿਆ ਮੈਂ ਕਿਹਾ ਫਿਰ ਕੀ ਕਰੇਗਾ ਤੂੰ ਜਦੋਂ ਤੀਜੀ ਵਾਰੀ ਉਹੀ ਸਵਾਲ ਪੁੱਛਿਆ ਮੈਂ ਆਬਵੀਅਸਲੀ ਮੈਂ ਇਹਦੇ ਕੋਲੋਂ ਕੋਈ ਫਰਕ ਜਵਾਬ ਸੁਣਨਾ ਚਾਹੁੰਦਾ ਸੀਗਾ ਲੇਕਿਨ ਇਸ ਬੰਦੇ ਨੂੰ ਗੁੱਸਾ ਆ ਗਿਆ ਸਰ ਹੁਣ ਦੇਖੋ ਗੱਲ ਇਹ ਹੈ 6 ft 10 in 300 pound ਦਾ ਬੰਦਾ ਹੋਵੇ ਜੇ ਉਹਨੂੰ ਗੁੱਸਾ ਹੋਵੇ ਤਾਂ ਮਤਲਬ ਉਹ ਟੈਂਕ ਚੱਲਣਾ ਸ਼ੁਰੂ ਹੋ ਜਾਂਦਾ ਆਯੂ ਵਿਦ ਮੀ ਉਹ ਟੈਂਕ ਵਾਕਣ ਹੋ ਗਿਆ ਅਤੇ ਜਦੋਂ ਤੀਜੀ ਵਾਰੀ ਮੈਂ ਇਹਨੂੰ ਪੁੱਛਿਆ ਤਾਂ ਮੈਨੂੰ ਇੱਕਦਮ ਜ਼ੋਰ ਦੀ ਕੜਕ ਕੇ ਕਹਿੰਦਾ ਉਹ ਮੈਂ ਤੈਨੂੰ ਕਿਹਾ ਹੈਗਾ ਮੈਂ ਇੱਕ ਸਮਾਜ ਸੇਵਕ ਬਣੂੰਗਾ ਮੈਂ ਕਿਹਾ ਬਹੁਤ ਫਰਕ ਹੈ ਜੋ ਪਹਿਲਾਂ ਤੂੰ ਕਿਹਾ ਹੁਣ ਜੋ ਕਿਹਾ ਹੈਗਾ ਪਹਿਲਾਂ ਤੂੰ ਕਿਹਾ ਮੈਂ ਸਮਾਜ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਇਹ ਲਫ਼ਜ਼ ਕੋਸ਼ਿਸ਼ ਹਟਾ ਦਿੱਤਾ ਉਹਨੇ ਬਸ ਕਹਿੰਦਾ ਮੈਂ ਸਮਾਜ ਸੇਵਾ ਕਰੂੰਗਾ ਮੈਂ ਕਿਹਾ ਹੁਣ ਤੇਰੀ ਸਮਝ ਆਈ ਗੱਲ ਹੈਲੋ ਮੈਂ ਕਿਹਾ ਜੇ ਤੂੰ ਕਾਕਾ ਕੋਸ਼ਿਸ਼ ਕਰੇਗਾ ਨਾ ਇਹ ਜੇਲ੍ਹ ਵਾਪਸ ਆ ਜਾਏਗਾ ਇੱਥੇ ਤੂੰ ਕਿਉਂਕਿ ਫਿਰ ਉਹੀ ਕੰਮ ਪੁੱਠੇ ਹੀ ਕਰਨੇ ਹੈਗੇ ਇਹ ਜੇਲ੍ਹ ਵਾਪਸ ਆਉਣ ਦੀ ਤਿਆਰੀ ਹੈਗੀ ਹੈ ਤਾਂ ਮੈਂ ਕਿਹਾ ਜ਼ਿੰਦਗੀ ਵਿੱਚ ਜਾਂ ਇਨਸਾਨ ਕਰਦਾ ਜਾਂ ਨਹੀਂ ਕਰਦਾ ਇਹ ਕੋਸ਼ਿਸ਼ ਦਾ ਟਰਾਈ ਦਾ ਸਿਸਟਮ ਜਿਹੜਾ ਹੈਗਾ ਇਹ ਵਿਹਲੇ ਬੰਦਿਆਂ ਦਾ ਹੈਗਾ ਕੰਮ ਜਿਹਦੀ ਨੀਅਤ ਨਾ ਹੋਵੇ ਉਹੀ ਕਹਿੰਦਾ ਹੈਗਾ ਤੁਹਾਨੂੰ ਦੇਖਿਆ ਕਿੰਨੀ ਵਾਰੀ ਕਹਿੰਦੇ ਨੇ ਕਿ ਜੀ ਮੈਂ ਤੁਹਾਨੂੰ 4:30 ਸ਼ਾਮੀ ਇੱਥੇ ਮਿਲਣ ਦੀ ਕੋਸ਼ਿਸ਼ ਕਰਾਂਗਾ ਤੁਸੀਂ 4:30, 5:30, 6 ਵੇਟ ਕਰਦੇ ਹੋ ਆਏ ਨਹੀਂ ਬੰਦਾ ਫਿਰ ਉਹਨੂੰ ਫੋਨ ਕਰਦੇ ਹੋ ਜੀ ਸਾਡੀ ਅਪੁਆਇੰਟਮੈਂਟ ਸੀ 4:30 ਉਹ ਕਹਿੰਦਾ ਹਾਂ ਜੀ ਸੀ ਮੈਂ ਤੁਹਾਨੂੰ ਕਿਹਾ ਸੀ ਮੈਂ ਕੋਸ਼ਿਸ਼ ਕਰੂੰਗਾ ਉਹ ਕੋਸ਼ਿਸ਼ ਉਹ ਆਏ ਨਹੀਂ ਜਾਣਦੇ ਹੋ ਇਹ ਲੋਕ ਇਹ ਲਫ਼ਜ਼ ਕਿਉਂ ਇਸਤੇਮਾਲ ਕਰਦੇ ਨੇ ਕੋਸ਼ਿਸ਼ ਕਰਾਂਗਾ ਉਹਨਾਂ ਦੀ 99% ਨੀਅਤ ਹੁੰਦੀ ਨਹੀਂ ਸਿਰਫ ਉਹਨਾਂ ਦੇ ਅੰਦਰ ਹਿੰਮਤ ਨਹੀਂ ਹੈ ਤੁਹਾਨੂੰ ਕਹਿਣ ਦੀ ਕਿ ਮੈਂ ਨਹੀਂ ਆਵਾਂਗਾ ਨਾ ਕਰਨ ਦੀ ਉਹਦੇ ਕੋਲ ਹਿੰਮਤ ਨਹੀਂ ਹੈਗੀ ਇਸ ਵਾਸਤੇ ਲਫ਼ਜ਼ ਕੋਸ਼ਿਸ਼ ਲਾ ਦਿੰਦਾ ਆਯੂ ਵਿਦ ਮੀ ਉਹਨਾਂ ਦੀ ਹਿੰਮਤ ਨਹੀਂ ਹੈਗੀ ਇਹ ਕਹਿਣ ਦੀ ਸਿੱਧਾ ਕਿ ਭਾਈ ਮੈਂ ਨਹੀਂ ਆ ਸਕਾਂਗਾ ਇਸ ਵਾਸਤੇ ਤੁਹਾਨੂੰ ਝੂਠ ਬੋਲ ਦਿੰਦਾ ਇਸ ਵਾਸਤੇ ਇਹ ਲਫ਼ਜ਼ ਬਾਹਰ ਕੱਢ ਦਿਓ ਜ਼ਿੰਦਗੀ ਵਿੱਚ ਸਿੱਧੀ ਗੱਲ ਕੀਤਾ ਕਰੋ ਕੋਸ਼ਿਸ਼ ਕਰਨਾ ਤਾਂ ਮਤਲਬ ਅਧੀਨੀਅਤ ਹੀ ਕੋਈ ਨਹੀਂ ਹੈਗੀ ਸਿੱਧੀ ਗੱਲ ਕਰ ਕਰਨਾ ਕਰ ਨਹੀਂ ਕਰਨਾ ਨਾ ਕਰ ਸੋ
ਮੈਂ ਉੱਥੇ ਜਦੋਂ ਇਹ ਗੱਲ ਕਰ ਰਿਹਾ ਸੀਗਾ, ਉੱਥੇ ਇੱਕ ਹੋਰ ਜੇਲ੍ਹ ਦਾ ਇਨਮੇਟ ਬੈਠਾ ਸੀ ਅਤੇ ਉਹ ਮੈਨੂੰ ਪੁੱਛਦਾ, ਕਹਿੰਦਾ ਸਰ ਤੁਸੀਂ ਇੱਥੇ ਜੇਲ੍ਹ ਕਿਉਂ ਆਉਂਦੇ ਹੋ, ਤੁਹਾਨੂੰ ਕੀ ਮਿਲਦਾ? ਪੈਸੇ ਤਾਂ ਮਿਲਦੇ ਨਹੀਂ ਸੀਗੇ, ਅਤੇ ਤੁਸੀਂ ਕਿਉਂ ਆਉਂਦੇ ਹੋ? ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਮੈਂ ਆਪਣੇ ਸਵਾਰਥ ਵਾਸਤੇ ਆਉਂਦਾ, ਤੁਹਾਡੇ ਵਾਸਤੇ ਨਹੀਂ ਆਉਂਦਾ। ਉਹ ਮੇਰਾ ਸਵਾਰਥ ਕੀ ਹੈਗਾ? ਮੈਂ ਕਿਹਾ ਇਹਨੂੰ ਸੁਣ ਕੇ ਜੋ ਮੇਰੇ ਦਿਲ ਨੂੰ ਅੱਛਾ ਫੀਲ ਹੋਇਆ, ਮੈਂ ਉਸ ਫੀਲਿੰਗ ਵਾਸਤੇ ਆਉਂਦਾ। ਗੱਲ ਇਹ, ਇਹਨੂੰ ਸੁਣ ਕੇ ਜੋ ਮੇਰੇ ਦਿਲ ਨੂੰ ਖੁਸ਼ੀ ਹੋਈ, ਮੈਂ ਉਹ ਖੁਸ਼ੀ ਹਾਸਲ ਕਰਨ ਆਉਂਦਾ ਇੱਥੇ। ਮੈਂ ਕਿਹਾ ਮੈਂ ਤੇਰੇ ਵਾਸਤੇ ਨਹੀਂ ਆਉਂਦਾ ਇੱਥੇ, ਮੈਂ ਉਹ ਖੁਸ਼ੀ ਹਾਸਲ ਕਰਨ ਵਾਸਤੇ ਆਉਂਦਾ। ਜਦੋਂ ਮੈਂ ਅੰਦਰੋਂ ਨਹੀਂ ਖੁਸ਼ ਹੁੰਦਾ, ਮੇਰਾ ਐਟੀਟਿਊਡ ਪੋਜ਼ਿਟਿਵ ਹੋ ਜਾਂਦਾ, ਹਰ ਜਗ੍ਹਾ ਮੈਂ ਪ੍ਰੋਡਕਟਿਵ ਹੋ ਜਾਂਦਾ, ਆਟੋਮੈਟਿਕਲੀ ਮੇਰਾ ਸੈਲਫ ਇਸਟੀਮ ਵੱਧ ਜਾਂਦਾ, ਮੇਰਾ ਸੈਲਫ ਇਸਟੀਮ ਵੱਧ ਜਾਂਦਾ। ਔਰ ਇਹਦੀ ਬੁਨਿਆਦ ਕੀ ਹੈਗੀ ਹੈ? ਬੁਨਿਆਦ ਇਹ ਹੈਗੀ ਹੈ ਕਿ ਜਦੋਂ ਅਸੀਂ ਕੋਈ ਵੀ ਅੱਛਾ ਕੰਮ ਕਰਦੇ ਹਾਂ ਜ਼ਿੰਦਗੀ ਵਿੱਚ, ਕੋਈ ਨਹੀਂ ਵੀ ਦੇਖ ਰਿਹਾ ਹੋਵੇ, ਅਸੀਂ ਆਪਣੀ ਨਜ਼ਰਾਂ ਵਿੱਚ ਥੋੜ੍ਹਾ ਜਿਹਾ ਉੜ ਜਾਂਦੇ ਹਾਂ। ਔਰ ਜਦੋਂ ਵੀ ਅਸੀਂ ਕੋਈ ਗਲਤ ਕੰਮ ਕਰੀਏ, ਝੂਠ ਬੋਲੀਏ, ਚੋਰੀ ਬੋਲੀਏ, ਚੋਰੀ ਕਰੀਏ, ਬੇਈਮਾਨੀ ਕਰੀਏ, ਕੋਈ ਨਹੀਂ ਵੀ ਦੇਖ ਰਿਹਾ ਹੋਵੇ, ਅਸੀਂ ਆਪਣੀ ਨਜ਼ਰਾਂ ਵਿੱਚ ਥੋੜ੍ਹਾ ਜਿੰਨਾ ਗਿਰ ਜਾਂਦੇ ਹਾਂ। ਇਹ ਹੈ ਜਾਦੂ ਸੈਲਫ ਇਸਟੀਮ ਦਾ। ਸੋ ਅਗਰ ਜੇ ਆਪਣਾ ਐਟੀਟਿਊਡ ਪੋਜ਼ਿਟਿਵ ਬਣਾਉਣਾ ਹੈਗਾ, ਕਿਸੇ ਦੂਸਰੇ ਵਾਸਤੇ ਕੁਛ ਐਸਾ ਕਰੋ ਜਿਹਦਾ ਕੋਈ ਉਹਨੂੰ ਕਦੀ ਤੁਹਾਨੂੰ ਕਦੀ ਵਾਪਸ ਮੋੜ ਕੇ ਕੁਛ ਨਾ ਕਰ ਸਕੇ, ਨਾ ਦੇ ਸਕੇ ਉਹਦੇ ਬਦਲੇ। ਤੁਸੀਂ ਦੇਖੋਗੇ ਕਈ ਲੋਕ ਬਲੱਡ ਡੋਨੇਸ਼ਨ ਕੈਂਪ ਕਰਦੇ ਹੈਗੇ ਨੇ, ਕਈ ਲੋਕ ਹੋਰ ਕਿਸੇ ਤਰੀਕੇ ਨੂੰ ਚੈਰਿਟੀ ਕਰਦੇ ਹੈਗੇ ਨੇ। ਕੋਈ ਇੱਥੇ ਕਿਸੇ ਨੇ ਦੇਖਿਆ ਕਿਸੇ ਨੇ ਬਲੱਡ ਡੋਨੇਸ਼ਨ ਵਗੈਰਾ ਕੈਂਪ ਵਗੈਰਾ ਲਗਾਇਆ ਹੋਵੇ, ਕਦੀ ਦਿੱਤਾ ਹੋਵੇ, ਕੋਈ ਤੁਹਾਡੇ ਵਿੱਚ ਕੋਈ ਕਰਦਾ ਹੋਵੇ? ਕਰਦੇ ਹੋ ਸਰ ਤੁਸੀਂ? ਤੁਸੀਂ ਕਰਦੇ ਹੋ ਸਰ? ਤੁਸੀਂ ਹੁਣ ਦੇਖੋ ਗੱਲ ਇਹ ਹੈ, ਹਾਂ ਮੈਮ ਤੁਸੀਂ ਕੀ ਕਰਦੇ ਹੋ? ਬਲੱਡ ਕਰਦੇ ਹੋ? ਅੱਛਾ ਇਹ ਦੱਸੋ ਮੈਮ ਤੁਸੀਂ ਮੈਨੂੰ ਕਿ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹੈਗੇ ਹੋ, ਤੁਸੀਂ ਬਲੱਡ ਡੋਨੇਟ ਕਰਦੇ ਹੈਗੇ ਹੋ, ਤੁਸੀਂ ਵੀ ਕਰਦੇ ਹੈਗੇ ਹੋ ਸਰ, ਤੁਹਾਨੂੰ ਕੋਈ ਪੈਸੇ ਮਿਲਦੇ ਨੇ? ਅੱਛਾ ਤੁਹਾਨੂੰ ਕੋਈ ਫੇਵਰ ਮਿਲਦੀਆਂ ਹੈਗੀਆਂ? ਬੈਕ ਹੈਂਡ, ਸਾਈਡ ਹੈਂਡ, ਅੰਡਰ ਹੈਂਡ ਕੁਛ ਮਿਲਦਾ? ਤੁਸੀਂ ਅਖਬਾਰ ਵਿੱਚ ਆਪਣਾ ਨਾਮ ਕਢਾਉਣ ਵਿੱਚ ਕਰਦੇ ਹੋ? ਕਰਦੇ ਹੋ? ਅਤੇ ਇਹ ਦੱਸੋ ਕਿ ਤੁਸੀਂ ਕਿਉਂ ਕਰਦੇ ਹੋ ਸਰ? ਦੈਟਸ ਇਟ। ਦੇਖੋ ਗੱਲ ਇਹ ਹੈ, ਇਹਨਾਂ ਦੇ ਜਵਾਬ ਸੁਣੋ ਤੁਸੀਂ। ਕਹਿੰਦਾ ਆਈ ਫੀਲ ਗੁੱਡ, ਮੈਨੂੰ ਚੰਗਾ ਲੱਗਦਾ ਹੈਗਾ, ਆਈ ਫੀਲ ਗੁੱਡ। ਇਹ ਆਪਣੇ ਫੀਲ ਗੁੱਡ ਵਾਸਤੇ ਕਰਦੇ ਨੇ, ਮੈਂ ਵੀ ਆਪਣੇ ਫੀਲ ਗੁੱਡ ਵਾਸਤੇ ਕਰਦਾ, ਮੈਂ ਵੀ ਇੱਥੇ ਪ੍ਰੋਗਰਾਮ ਵੀ ਕਿਉਂ ਕਰਿਆ, ਫੀਲ ਗੁੱਡ। ਸੋ ਆਪਣਾ ਨਜ਼ਰੀਆ ਜਿਹੜਾ ਹੈਗਾ, ਐਟੀਟਿਊਡ ਹਮੇਸ਼ਾ ਬਦਲ ਜਾਂਦਾ ਹੈਗਾ ਜਦੋਂ ਤੁਸੀਂ ਕੋਈ ਵੀ ਅੱਛਾ ਕੰਮ ਕਰਦੇ ਹੈਗੇ ਹੋ। ਠੀਕ ਹੋ ਗਿਆ? ਠੀਕ ਹੋ ਗਿਆ? ਉਹ ਯਾਰ ਇੰਨੇ ਟੇਲੇ ਬੋਲੋਗੇ ਤਾਂ ਮੈਂ ਠੀਕ ਨਹੀਂ ਹੋਇਆ ਤਾਂ ਹੀ ਨਾ ਐਵੇਂ ਬੋਲ ਹੀ ਨਹੀਂ ਰਹੇ। ਠੀਕ ਹੋ ਗਿਆ? ਹੁਣ ਗੱਲ ਹੁਣ ਠੀਕ ਹੋਈ ਨਾ ਯਾਰ, ਤੁਸੀਂ ਗੱਲ ਠੀਕ ਹੈ, ਹੁਣ ਠੀਕ ਹੋਇਆ, ਹੁਣ ਠੀਕ ਹੋਇਆ। ਚਲੋ ਇਹ ਪੰਜ ਹੋ ਗਏ, ਨੰਬਰ 6 ਲਿਖੋ ਹੁਣ ਤੁਸੀਂ। ਨੈਕਸਟ ਨੰਬਰ 6, ਓਕੇ ਹੁਣ ਨੰਬਰ 6 ਲਿਖੋ। ਇਹ ਉਹ ਹੈਗਾ ਨੈਗੇਟਿਵ, ਅਗਰ ਜੇ ਪੋਜ਼ਿਟਿਵ ਬਣਨਾ ਜ਼ਿੰਦਗੀ ਵਿੱਚ ਤੇ ਨੈਗੇਟਿਵ ਬੰਦਿਆਂ ਤੋਂ ਔਰ ਨੈਗੇਟਿਵ ਚੀਜ਼ਾਂ ਤੋਂ ਦੂਰ ਰਹੋ। ਦੇਖੋ ਗੱਲ ਇਹ ਹੈ, ਜੇ ਅੱਛੀ ਸਿਹਤ ਬਣਾਉਣੀ ਹੈਗੀ ਹੈ ਤਾਂ ਖਾਲੀ ਐਕਸਰਸਾਈਜ਼ ਕਰਨ ਨਾਲ ਨਹੀਂ ਬਣੇਗੀ ਸਿਹਤ। ਜਿਹੜੇ ਗੰਦੇ ਖਾਣੇ ਹੈਗੇ ਉਹਨੂੰ ਖਾਣੇ ਬੰਦ ਕਰ ਦਿਓ, ਤੁਹਾਨੂੰ ਕਰਨਾ ਪੈਣਾ, ਦੋਨੋਂ ਚੀਜ਼ਾਂ ਇਕੱਠੀਆਂ ਕਰਨੀ ਪੈਣੀਆਂ ਹੈਗੀਆਂ। ਅਤੇ ਨੈਗੇਟਿਵ ਬੰਦਿਆਂ ਤੋਂ ਔਰ ਨੈਗੇਟਿਵ ਚੀਜ਼ਾਂ ਤੋਂ ਦੂਰ ਰਹੋਗੇ ਤਾਂ ਹੀ ਤੁਸੀਂ ਪੋਜ਼ਿਟਿਵ ਪਾਸੇ
ਜਾ ਸਕੋਗੇ। ਖਾਲੀ ਇੱਕੋ ਪਾਸੇ ਹੋਣਾ ਨਹੀਂ ਹੈ। ਨੈਗੇਟਿਵ ਪੀਪਲ, ਤੁਹਾਨੂੰ ਇੱਕ ਛੋਟੀ ਜਿਹੀ ਗੱਲ ਇਹ ਕਹਿਣਾ ਚਾਹੁੰਦਾ ਮੈਂ, ਤੁਸੀਂ ਅੱਜ ਤੋਂ 5 ਸਾਲ ਬਾਅਦ ਕਿੱਥੇ ਹੋਵੋਗੇ ਇਹ ਅੱਜ ਕਿਤੇ ਵੀ ਅੱਜ ਨੋਟ ਕਰ ਲੈਣਾ। ਜਿਹੜੀ ਗੱਲ ਮੈਂ ਅੱਜ ਕਹਿ ਰਿਹਾ ਇਹ 500% ਸੱਚ ਨਿਕਲੇਗੀ। ਅੱਜ ਤੋਂ 5 ਸਾਲ ਬਾਅਦ ਤੁਸੀਂ ਕਿੱਥੇ ਹੋਵੋਗੇ ਇਹ ਤੋਂ 2 ਚੀਜ਼ਾਂ 'ਤੇ ਨਿਰਭਰ ਕਰੇਗਾ, ਜਿਹੜੀ ਕਿਤਾਬਾਂ ਤੁਸੀਂ ਪੜ੍ਹਦੇ ਹੋ ਔਰ ਜਿਹੜੀ ਸੰਗਤ ਤੁਸੀਂ ਰੱਖਦੇ ਹੋ। ਬਸ ਦੁਬਾਰਾ ਕਹਿ ਰਿਹਾ, ਅੱਜ ਅਸੀਂ ਕਿੱਥੇ ਹੈਗੇ ਹਾਂ ਇਹ ਇਹਨਾਂ ਦੋਹੀ ਚੀਜ਼ਾਂ ਦਾ ਨਤੀਜਾ ਹੈਗਾ, ਜਿਹੜੇ ਪਿਛਲੇ 5 ਸਾਲ ਵੀ ਜਿਹੜੀ ਕਿਤਾਬਾਂ ਅਸੀਂ ਪੜ੍ਹੀਆਂ ਔਰ ਜਿਹੜੀ ਸੰਗਤ ਅਸੀਂ ਰੱਖੀ ਪਿਛਲੇ 5 ਸਾਲ, ਉੱਥੇ ਉਸੀ ਦੀ ਵਜ੍ਹਾ ਨਾਲ ਅੱਜ ਅਸੀਂ ਇੱਥੇ ਬੈਠੇ ਹਾਂ। ਅੱਜ ਤੋਂ 5 ਸਾਲ ਕਿੱਥੇ ਹੋਵੋਗੇ ਇਹਨਾਂ ਦੋਹੀ ਚੀਜ਼ਾਂ 'ਤੇ ਤੁਹਾਡਾ ਡਿਸਾਈਡ ਕਰਨਾ ਹੈਗਾ ਕਿ ਤੁਸੀਂ ਕਿੱਥੇ ਹੋਵੋਗੇ। ਜਿਹੜੀ ਦੇਖੋ ਸੰਗਤ ਚੁਣਨੀ ਸਾਡਾ ਕੰਮ ਹੈ। ਕਿਹੜੀ ਕਿਤਾਬ ਪੜ੍ਹਦਾ ਤੁਹਾਨੂੰ ਆਉਂਦਾ, ਕਿਹੜੀ ਕਿਤਾਬ ਪੜ੍ਹਨੀ ਇਹ ਆਪਣੀ ਚੋਇਸ ਸੀਗੀ ਤੁਹਾਡੀ। ਰਿਪੀਟ ਕਰਦਾ, ਅੱਜ ਤੋਂ 5 ਸਾਲ ਬਾਅਦ ਕਿੱਥੇ ਹੋਵੋਗੇ ਇਹ 2 ਚੀਜ਼ਾਂ 'ਤੇ ਡਿਪੈਂਡ ਕਰੂਗਾ, ਜਿਹੜੀ ਕਿਤਾਬਾਂ ਪੜ੍ਹੋਗੇ 5 ਸਾਲ ਵਿੱਚ ਔਰ ਜਿਹੜੀ ਸੰਗਤ ਰੱਖੋਗੇ। ਇਨਸਾਨ ਉਹੋ ਜਿਹਾ ਬਣ ਜਾਂਦਾ। ਔਰ ਯਾਦ ਰੱਖਿਆ ਜੇ, ਜਦੋਂ ਇਨਸਾਨ ਉੱਤੇ ਉੱਠਦਾ ਹੈਗਾ, ਯਾਦ ਰੱਖਣਾ ਇੱਕ ਇਨਸਾਨ ਦੀ ਪਹਿਚਾਣ ਸਿਰਫ ਉਹਦੇ ਨਹੀਂ ਹੁੰਦੀ ਕਿ ਉਹਨਾਂ ਦੇ ਦੋਸਤ ਕਿਹੋ ਜਿਹੇ ਹੈਗੇ ਨੇ, ਇਹ ਵੀ ਦੇਖਣਾ ਕਿ ਉਹਨਾਂ ਦੇ ਦੋਸਤ ਕੈਸੇ ਨਹੀਂ ਹੈਗੇ ਨੇ। ਉਹ ਕਿਸੇ ਨੇ ਕਹਾਵਤ ਨਹੀਂ ਹੈਗੀ ਹੈ, ਕਹਿੰਦਾ ਜਿਹੜੇ ਜਿਸਦੀ ਸੋਚ ਰਾਮ ਵਰਗੀ ਹੋਏਗੀ ਨਾ ਉਹਦੇ ਦੋਸਤ ਹੋਰ ਪਰਿਵਾਰ ਵੀ ਰਾਮ ਵਰਗੇ ਹੋਣਗੇ, ਕਹਿੰਦਾ ਲੇਕਿਨ ਉਹਦਾ ਦੁਸ਼ਮਣ ਰਾਵਣ ਜੈਸਾ ਹੀ ਹੋਏਗਾ। ਯਾਦ ਰੱਖਿਆ ਜੇ ਅੱਛੇ ਇਨਸਾਨ ਦੇ ਵੀ ਦੁਸ਼ਮਣ ਹੁੰਦੇ ਨੇ, ਯੈਸ ਨੋ, ਲੇਕਿਨ ਉਹ ਰਾਮ ਦਾ ਦੁਸ਼ਮਣ ਸਿਰਫ ਰਾਵਣ ਦਾ ਹੀ ਰਾਵਣ ਜੈਸਾ ਹੋ ਸਕਦਾ, ਰਾਮ ਵਰਗਾ ਨਹੀਂ ਹੋ ਸਕਦਾ। ਆਯੂਬਿਦਮੀ ਧਿਆਨ ਦਿਆ ਜੀ, ਰਾਮ ਦੁਸ਼ਮਣ ਤਾਂ ਹੋਏਗਾ ਹੀ ਹੋਏਗਾ ਭਾਈ, ਕਦੇ ਕਦੇ ਹੋਇਆ ਹੀ ਨਹੀਂ ਕਦੇ। ਤੁਸੀਂ ਅੱਛਾ ਕੰਮ ਕਰੋਗੇ ਕੋਈ ਨਾ ਕੋਈ ਵਿਗਾੜਨ ਵਾਲਾ ਆਏਗਾ ਪੱਕਾ, ਲੇਕਿਨ ਰਾਮ ਦੇ ਸੁਭਾਅ ਦਾ ਇਨਸਾਨ ਦਾ ਦੋਸਤ ਵੀ ਰਾਮ ਵਰਗਾ ਹੀ ਹੋਊਗਾ ਔਰ ਦੁਸ਼ਮਣ ਸਿਰਫ ਰਾਵਣ ਵਰਗਾ ਹੀ ਹੋਏਗਾ। ਅਤੇ ਯਾਦ ਰੱਖਿਆ ਜੇ ਇਨਸਾਨ ਦੀ ਪਹਿਚਾਣ ਉਹਦੀ ਸੰਗਤ ਨਾਲ ਹੁੰਦੀ ਹੈਗੀ ਹੈ, ਯੈਸ ਨੋ। ਮੇਰੇ ਬੁਰੇ ਦੋਸਤ ਹੋਣਗੇ ਮਤਲਬ ਮੈਂ ਹੀ ਬੁਰਾ ਹੈਗਾ, ਮੇਰੇ ਅੱਛੇ ਹੋਣਗੇ ਮੈਂ ਚੰਗਾ ਹੈਗਾ। ਔਰ ਇਹ ਚੀਜ਼ ਦੇਖਿਆ ਜੇ ਤੁਸੀਂ ਜਦੋਂ ਵੀ ਤੁਸੀਂ ਜ਼ਿੰਦਗੀ ਵਿੱਚ ਉੱਪਰ ਵੱਧਦੇ ਹੈਗੇ ਹੋ, ਬਹੁਤ ਸੇ ਐਸੇ ਲੋਕ ਹਨ ਜੋ ਤੁਹਾਨੂੰ ਖਿੱਚ ਕੇ ਨੀਚੇ ਘਸੀਟਣਾ ਚਾਹੁੰਦੇ ਨੇ, ਯੈਸ ਨੋ। ਔਰ ਜਦੋਂ ਤੁਸੀਂ ਇਹਨਾਂ ਬੰਦਿਆਂ ਨਾਲ ਇੰਟਰੈਕਟ ਕਰਨਾ ਬੰਦ ਕਰ ਦਿੰਦੇ ਹੋ ਤੁਸੀਂ ਉੱਥੇ ਹੀ ਰਹਿੰਦੇ ਹੋ, ਕਿਉਂਕਿ ਇਹਨਾਂ ਨਾਲ ਇੰਟਰੈਕਟ ਕਰਨੇ ਵਾਸਤੇ ਤੁਹਾਨੂੰ ਉੱਥੇ ਇਸ ਲੈਵਲ 'ਤੇ ਆਉਣਾ ਪੈਂਦਾ। ਔਰ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਇਹ ਲੈਵਲ ਇੱਥੇ ਇਹਨਾਂ ਦਾ ਵੀ ਲੈਵਲ, ਇਹਨਾਂ ਨੂੰ ਚੰਗਾ ਲੱਗਦਾ ਕਿ ਤੁਸੀਂ ਇਹਨਾਂ ਦੇ ਲੈਵਲ 'ਤੇ ਆ ਗਏ। ਇਹ ਨੈਗੇਟਿਵ ਚੀਜ਼ਾਂ ਜਿਹੜੀਆਂ ਹੈਗੀਆਂ, ਨੈਗੇਟਿਵ ਬੰਦੇ, ਨੈਗੇਟਿਵ ਹੋਰ ਚੀਜ਼ਾਂ ਕਿਹੜੀਆਂ ਹੈਗੀਆਂ, ਡਰੱਗਸ ਹੈਗੀਆਂ, ਐਲਕੋਹਲ ਹੈਗਾ, ਪਰਨੋਗ, ਪੰਜਾਬ ਵਿੱਚ ਦੇਖੋ ਕਿੰਨੀ ਡਰੱਗ ਦੀ ਪ੍ਰੋਬਲਮ ਹੋ ਗਈ ਹੈਗੀ ਹੈ, ਡਰੱਗਸ, ਐਲਕੋਹਲ, ਪਰਨੋਗ੍ਰਾਫੀ, ਪ੍ਰੋਫੀਨਿਟੀ, ਉਹਨਾਂ ਦੀ ਹਿੰਦੀ ਕੀ ਹੈਗੀ ਹੈ ਮੈਂ ਦੱਸਦਾ, ਐਲਕੋਹਲ ਸ਼ਰਾਬ ਹੈਗੀ ਹੈ, ਦਾਰੂ, ਡਰੱਗਸ ਹੈਗੀਆਂ, ਪਰਨੋਗ੍ਰਾਫੀ, ਅਸ਼ਲੀਲ ਜਿਹੜੀਆਂ ਚੀਜ਼ਾਂ ਮਿਲਦੀਆਂ ਹੈਗੀਆਂ, ਅਸ਼ਲੀਲ ਮੈਗਜ਼ੀਨਾਂ ਮਿਲਦੀਆਂ ਹੈਗੀਆਂ। ਤੁਸੀਂ ਇਹ ਦੇਖੋ ਕਿ ਇਹ ਸਾਰੇ ਇਨਸਾਨ ਨੂੰ ਥੱਲੇ ਖਿੱਚਦੀਆਂ ਹੈਗੀਆਂ। ਜਦੋਂ ਸਪੇਸ ਸ਼ਟਲ, ਜਿਹੜਾ ਸਪੇਸ ਸ਼ਟਲ ਮੂਨ ਨੂੰ ਜਾਂਦਾ ਹੈਗਾ, ਜਦੋਂ ਇਹ ਟੇਕ ਆਫ ਹੁੰਦਾ, ਤੁਹਾਨੂੰ ਸ਼ਾਇਦ ਪਤਾ ਹੋਵੇਗਾ, ਤਕਰੀਬਨ
80% 80% ਜਿਹੜੀ ਐਨਰਜੀ ਲੱਗਦੀ ਹੈਗੀ ਹੈ ਉਹ ਟੇਕ ਆਫ ਵਿੱਚ ਲੱਗਦੀ ਹੈਗੀ ਹੈ, ਕਿਉਂਕਿ ਜ਼ਮੀਨ ਜਿਹੜੀ ਹੈਗੀ ਹੈ ਇਹ ਗ੍ਰੈਵਿਟੀ ਉਹਨੂੰ ਵਾਪਸ ਖਿੱਚਦੀ ਹੈਗੀ ਹੈ, ਗ੍ਰੈਵਿਟੀ ਉਹਨੂੰ ਵਾਪਸ ਖਿੱਚਦੀ ਹੈਗੀ ਹੈ। ਅਤੇ ਜਿਹੜਾ ਇਹ ਸਪੇਸ ਸ਼ਟਲ ਹੈਗੀ ਹੈ 80% ਇਹਦਾ ਜੋ ਫਿਊਲ ਕੰਜ਼ਮਪਸ਼ਨ ਹੈਗੀ ਹੈ ਜਿਹੜਾ ਤੇਲ ਹੈਗਾ ਇਸਤੇਮਾਲ ਹੁੰਦਾ ਟੂ ਟੇਕ ਆਫ 80%, ਸਿਰਫ 20% ਹੀ ਜ਼ਰੂਰਤ ਹੁੰਦੀ ਹੈ ਇਹਨੂੰ ਔਰ ਰੋਟੇਟ ਕਰਨ ਵਾਸਤੇ, ਓਨਲੀ 20%। ਅਤੇ ਇਹ ਜਿਹੜੇ ਸਾਰੇ ਨੈਗੇਟਿਵ ਇਨਫਲੂਐਂਸ ਹੈਗੇ ਨੇ ਇਹ ਸਾਡੇ ਜ਼ਿੰਦਗੀ ਵਿੱਚੋਂ 80% ਐਨਰਜੀ ਸਾਡੀ ਡਰੇਨ ਕਰ ਦਿੰਦੇ ਨੇ। ਆਯੂ ਵਿਦ ਮੀ, ਦੁਬਾਰਾ ਕਹਿੰਦਾ ਸਾਡੀ ਜ਼ਿੰਦਗੀ ਵਿੱਚ ਯਾਰ ਇਹ ਕਿਹਦੀ ਹੋ ਰਿਹਾ ਸੀ, 80% ਐਨਰਜੀ ਜਿਹੜੀ ਹੈਗੀ ਹੈ ਨੈਗੇਟਿਵ ਚੀਜ਼ਾਂ ਉਹ ਸਾਡੀ ਐਨਰਜੀ ਬਲੋਕ ਕਰ ਦਿੰਦੀਆਂ ਹੈ, ਖਰਾਬ ਕਰ ਦਿੰਦੀਆਂ ਹੈ। ਨੈਗੇਟਿਵ ਪੀਪਲ, ਗਲਤ ਸੰਗਤ, ਡਰੱਗਸ, ਸ਼ਰਾਬ, ਐਲਕੋਹੋਲ, ਅਸ਼ਲੀਲ ਚੀਜ਼ਾਂ। ਮੈਂ ਆਪਣੀ ਕਿਤਾਬ ਵਿੱਚ ਲਿਖਿਆ ਹੈਗਾ ਕਿ ਇਹ ਸਟੱਡੀ ਹੋਈ ਸੀਗੀ, 90% ਲੋਕ ਜਿਹੜੇ ਬਲਾਤਕਾਰ ਕਰਦੇ ਹੈਗੇ ਉਹਨਾਂ ਨੂੰ ਇੱਲਤ ਹੁੰਦੀ ਹੈ ਅਸ਼ਲੀਲ ਪਿਕਚਰਾਂ ਦੇਖਣ ਦੀ ਔਰ ਅਸ਼ਲੀਲ ਕਿਤਾਬਾਂ ਪੜ੍ਹਨ ਦੀ। ਮੈਂ ਰਿਪੀਟ ਕਰਨਾ ਚਾਹੁੰਦਾ, 90% ਜਿਹੜੇ ਲੋਕ ਬਲਾਤਕਾਰੀ ਹੈਗੇ ਉਹ ਉਹਨਾਂ ਨੂੰ ਇੱਲਤ ਹੈਗੀ ਹੈ ਅਸ਼ਲੀਲ ਪਿਕਚਰਾਂ ਦੇਖਣ ਦੀ ਔਰ ਅਸ਼ਲੀਲ ਕਿਤਾਬਾਂ ਪੜ੍ਹਨ ਦੀ, 90%। ਗੱਲ ਇਹ ਹੈ ਕਈ ਲੋਕ ਬਹੁਤ ਇਹੋ ਜਿਹੇ ਨੇ ਉਹ ਕਹਿੰਦੇ ਨੇ ਜੀ ਮੈਂ ਬਹੁਤ ਦਿਮਾਗ ਦਾ ਪੱਕਾ ਹੈਗਾ, ਮੈਨੂੰ ਕਿਸੇ ਬੁਰੀ ਚੀਜ਼ ਦਾ ਕੋਈ ਅਸਰ ਹੀ ਨਹੀਂ ਹੋ ਸਕਦਾ। ਬਿਲਕੁਲ ਗਲਤ ਹੈਗਾ ਸਾਹਿਬ, ਤੁਸੀਂ ਅਸੀਂ ਅਗਰ ਅਸੀਂ ਉਹੀ ਚੀਜ਼ਾਂ ਦੇਖਣਗੇ, ਉਹੀ ਅਸ਼ਲੀਲ ਕਿਤਾਬਾਂ ਪੜ੍ਹਾਂਗੇ, ਉਹੀ ਅਸ਼ਲੀਲ ਪਿਕਚਰਾਂ ਦੇਖਾਂਗੇ, ਮੈਂ ਹੋਰ ਤੁਸੀਂ ਵੀ ਉਹੀ ਚੀਜ਼ ਦੇਖੋਗੇ, ਸਾਡਾ ਵਿਵਹਾਰ ਵੀ ਉਹੀ ਤਰੀਕੇ ਨਾਲ ਬਣ ਜਾਏਗਾ। ਆਯੂ ਵਿਦ ਮੀ, ਸਾਡਾ ਵਿਵਹਾਰ ਵੀ ਉੱਦਾਂ ਹੀ ਬਣ ਜਾਏਗਾ, ਕਿਉਂਕਿ ਇਨਪੁੱਟ ਫੈਸਲਾ ਕਰਦੀ ਹੈ ਆਊਟਪੁੱਟ ਕੀ ਹੋਣਾ ਹੈ ਉਹ ਕਿਹਦੇ 'ਤੇ ਨਿਰਭਰ ਹੈ। ਗੱਲ ਠੀਕ ਹੋਈ, ਜ਼ੋਰ ਦੀ ਬੋਲੀ ਇੱਕ ਵਾਰੀ ਫਿਰ ਤੋਂ, ਇਹੀ ਗੱਲ ਹੋ ਗਈ ਸੀ। ਆਊਟਪੁੱਟ ਕਿਹਦੇ 'ਤੇ ਡਿਪੈਂਡ ਕਰਦਾ ਹੈ? ਇਨਪੁੱਟ 'ਤੇ। ਉਹ ਇਨਪੁੱਟ ਦਾ ਫੈਸਲਾ ਤਾਂ ਅਸੀਂ ਕਰਨਾ ਨਾ ਭਾਈ, ਕਿਹੜੀ ਚੀਜ਼ ਇਨਪੁੱਟ ਕਰਦੇ ਹਾਂ ਉਹੀ ਡਿਪੈਂਡ ਕਰੇ, ਉਹਦੇ 'ਤੇ ਡਿਪੈਂਡ ਕਰੇਗਾ ਕਿਉਂਕਿ ਆਊਟਪੁੱਟ ਕਿੱਦਾਂ ਹੋਣੀ ਹੈ। ਆਊਟਪੁੱਟ ਦਾ ਅਸਲੀ ਫੈਸਲਾ ਨਹੀਂ ਕਰ ਸਕਦੇ, ਇਨਪੁੱਟ ਦਾ ਕਰਦੇ ਹਾਂ। ਸੋ ਡਰੱਗਸ, ਐਲਕੋਹੋਲ, ਅਸ਼ਲੀਲ ਚੀਜ਼ਾਂ, ਅਸ਼ਲੀਲ ਬੰਦੇ, ਅਸ਼ਲੀਲ ਪਿਕਚਰਾਂ ਔਰ ਬੁਰੀ ਸੰਗਤ, ਇਹ ਸਾਰੀ ਚੀਜ਼ ਸਾਨੂੰ ਲੈ ਕੇ ਥੱਲੇ 80% ਡਰੇਨ ਕਰ ਦਿੰਦੀ ਜ਼ਿੰਦਗੀ ਵਿੱਚ। ਅਸੀਂ ਕਈ ਕੰਟਰੀਜ਼ 'ਤੇ ਜਾਂਦੇ ਹਾਂ ਅਤੇ ਕਈ ਵਾਰੀ ਸ਼ਾਮ ਨੂੰ ਮੀਟਿੰਗ ਮੂਟਿੰਗ ਹੁੰਦੀ ਹੈਗੀ ਹੈ, ਕਈ ਕੰਟਰੀਜ਼ ਵਿੱਚ ਐਸਾ ਹੈ, ਕੈਰੇਬੀਅਨ ਵਿੱਚ, ਅਫਰੀਕਾ ਵਿੱਚ, ਤੁਸੀਂ ਸ਼ਾਮ ਨੂੰ ਕਿਤੇ ਜਾਓ ਉਹ ਦਾਰੂ ਦੀ ਬੋਤਲ ਖੋਲ੍ਹ ਕੇ ਬਹਿ ਜਾਣਗੇ ਅਤੇ ਤੁਹਾਨੂੰ ਵੀ ਕਹਿਣਗੇ ਵੀ ਨਾਲ, ਯੈਸ ਨੋ, ਉਹਨੂੰ ਕਹਿਣਾ ਤੁਹਾਨੂੰ ਵੀ ਲੈ। ਅਤੇ ਮੈਂ ਸ਼ਰਾਬ ਨਹੀਂ ਪੀਂਦਾ ਹੈਗਾ, ਇਹਦਾ ਇਹ ਮਤਲਬ ਨਹੀਂ ਕਿ ਮੈਂ ਕਦੇ ਪੀਤੀ ਨਹੀਂ ਹੈਗੀ ਜ਼ਿੰਦਗੀ ਵਿੱਚ, ਇਹਦਾ ਮਤਲਬ ਨਹੀਂ, ਮੇ ਬੀ 3-4 ਸਾਲਾਂ ਵਿੱਚ ਕਦੇ ਆਈ ਮਾਈਟ ਹੈਵ ਹੈਡ ਸਮਥਿੰਗ, ਬਟ ਦੈਟਸ ਅਬਾਊਟ ਇਟ, ਬਟ ਆਈ ਡੋਂਟ ਡਰਿੰਕ। ਅਤੇ ਮੈਂ ਕਿਤੇ ਗੈਟ ਟੂਗੈਦਰ 'ਤੇ ਸੀਗਾ ਅਤੇ ਮੈਂ ਆਪਣਾ ਸੋਫਟ ਡਰਿੰਕ ਮੇਰੇ ਹੱਥ ਵਿੱਚ ਸੀਗੀ
ਤੇ ਮੈਨੂੰ ਇੱਕ ਬੰਦਾ ਆ ਕੇ ਕਹਿੰਦਾ ਹੈ, ਕਹਿੰਦਾ ਜੀ ਤੁਹਾਡੀ ਡਰਿੰਕ ਕਿੱਥੇ ਹੈਗੀ ਹੈ? ਮੈਂ ਕਿਹਾ ਮੇਰੇ ਕੋਲ ਤਾਂ ਹੈਗੀ ਹੈ। ਕਹਿੰਦਾ ਨਹੀਂ ਵਿਸਕੀ। ਮੈਂ ਕਿਹਾ ਮੈਂ ਨਹੀਂ ਪੀਂਦਾ ਹੈਗਾ। ਕਹਿੰਦਾ ਕਿੰਨੇ ਸਾਲ ਹੋ ਗਏ ਅਮਰੀਕਾ ਰਹਿੰਦੇ? ਮੈਂ ਕਿਹਾ ਜੀ 45 ਸਾਲ। ਕਹਿੰਦਾ ਤੁਸੀਂ ਟਾਈਮ ਵੇਸਟ ਕੀਤਾ ਹੈਗਾ, ਜਿਵੇਂ ਉੱਥੇ ਖਾਲੀ ਡਰਿੰਕ ਹੀ ਕਰਦੇ ਹੈਗੇ, ਮਤਲਬ ਹੋਰ ਕੋਈ ਕੰਮ ਕੋਈ ਨਹੀਂ ਹੈਗਾ। ਅਤੇ ਫਿਰ ਮੈਨੂੰ ਕਹਿੰਦਾ ਉਹ ਗੱਲ ਇਹ ਛੱਡੋ ਜੀ, ਵਿਸਕੀ ਲਓ, ਕੀ ਕਰਦੇ ਪਿਓ ਟਾਈਮ? ਮੈਂ ਕਿਹਾ ਭਾਈ ਮੈਂ ਨਹੀਂ ਪੀਂਦਾ ਹੈਗਾ। ਮੈਨੂੰ ਕਹਿੰਦਾ ਫਿਰ, ਕਹਿੰਦਾ ਤੁਸੀਂ ਆਦਮੀ ਕਿੱਦਾਂ ਦੇ ਹੈਗੇ ਹੋ? ਉਹ ਮੈਂ ਕਿਹਾ ਤੂੰ ਆਦਮੀਅਤ ਚੈੱਕ ਕਰਨ ਡਰਿੰਕ ਨਾਲ ਵਟ ਇਜ਼। ਫਿਰ ਮੈਨੂੰ ਕਹਿੰਦਾ ਹਟਾਓ ਜੀ ਤੁਸੀਂ ਹੁਣ ਡਰਿੰਕ ਲਓ। ਮੈਂ ਕਿਹਾ ਮੈਂ ਡਰਿੰਕ ਨਹੀਂ ਕਰਦਾ, 3 ਵਾਰੀ ਕਿਹਾ ਤੈਨੂੰ। ਕਹਿੰਦਾ ਸਰ ਤੁਸੀਂ ਡਰਿੰਕ ਨਹੀਂ ਕਰਦੇ, ਜੇ ਤੁਸੀਂ ਇੱਥੋਂ ਮਰੋਗੇ ਤਾਂ ਉੱਪਰ ਰੱਬ ਨੂੰ ਜਵਾਬ ਕੀ ਦਿਓਗੇ? ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉੱਪਰ ਸਵਾਲ ਕੀ ਪੁੱਛਦੇ ਨੇ, ਇਹ ਤਾਂ ਤੂੰ ਦੱਸ ਪਹਿਲਾਂ। ਉਹ ਜਦੋਂ ਤੀਜੇ ਦਾ ਜਵਾਬ ਨਹੀਂ ਹੈ, ਕਹਿੰਦਾ ਤੁਸੀਂ ਲੈਣਾ ਨਹੀਂ ਹੈਗਾ, ਮੈਨੂੰ ਪਤਾ ਮੈਂ ਟਾਈਮ ਖਰਾਬ ਹੀ ਕਰੀ ਜਾਂਦਾ। ਮੈਂ ਕਹਿੰਦਾ ਉਹ ਚੱਲ ਪੈ ਜਾ ਕਿਤੇ ਹੋਰ, ਚੱਲ ਇਹਨਾਂ ਨੇ ਨਹੀਂ ਲੈਣਾ। ਜਾਣਦੇ ਹੋ ਤੁਹਾਨੂੰ ਉਸ ਲੈਵਲ 'ਤੇ ਨਹੀਂ ਦੇਖਣਾ ਚਾਹੁੰਦੇ, ਉਹ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਬਰਾਬਰੀ ਵਿੱਚ। ਯੈਸ ਨੋ? ਇਹ ਹਾਲ ਹੈ। ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜ਼ਿੰਦਗੀ ਵਿੱਚ, ਇਹ ਹਮੇਸ਼ਾ ਇਨਸਾਨ ਨੂੰ ਥੱਲੇ ਖਿੱਚਦੀਆਂ ਹੈਗੀਆਂ, ਕਿਉਂਕਿ ਇਨਪੁੱਟ ਡਿਸਾਈਡਸ ਆਊਟਪੁੱਟ। ਆਊਟਪੁੱਟ ਦਾ ਕਿੱਦਾਂ ਹੋਣੀ ਹੈਗੀ ਹੈ, ਇਹ ਡਿਸਾਈਡ ਕਰੇਗਾ ਇਨਪੁੱਟ 'ਤੇ। ਤੋ ਇਨਪੁੱਟ ਕਰਨ ਦਾ ਫੈਸਲਾ ਇਹ ਅਸੀਂ ਕਰਦੇ ਹਾਂ। ਠੀਕ ਹੋ ਗਿਆ? ਆਰ ਯੂ ਵਿਦ ਮੀ? ਯੈਸ ਨੋ? ਜੋੜ ਦੀ ਯੈਸ ਕਰੇ ਅਜੇ ਭਾਈ। ਠੀਕ, ਅੱਗੇ ਚਲੋ, ਨੈਕਸਟ ਵਨ ਇੱਕ ਹੋਰ ਲਓ। ਨੰਬਰ ਸੱਤ ਹੈਗਾ, ਨੰਬਰ ਸੱਤ ਦਾ ਹੈ ਅਗਰ ਜੇ ਐਟੀਟਿਊਡ ਪੋਜ਼ਿਟਿਵ ਬਣਾਉਣਾ ਹੈਗਾ, ਇਹ ਇਹਦੇ ਵਿੱਚ ਕਿਤਾਬ ਵਿੱਚ ਨਹੀਂ ਡਾਲਿਆ, ਮੈਂ ਇਹਨੂੰ ਪਾਉਣਾ ਹੈਗਾ। ਇਹਦੇ ਵਿੱਚ ਇਹ ਹੈਗਾ, ਇਹ ਬਹੁਤ ਉਹੋ ਜਿਹੀ ਆਈਟਮ ਹੈ ਜਿਵੇਂ ਬਿਲਡ ਹਾਈ ਸੈਲਫ ਇਸਟੀਮ, ਆਪਣੇ ਸਿਸਟਮ ਵਿੱਚ ਸੋਸਾਇਟੀ ਵਿੱਚ ਕੁਛ ਦੇਣ ਦਾ ਕਾਰਜਕ੍ਰਮ ਪਰਮਾਨੈਂਟ ਰੱਖੋ, ਸਮਾਜ ਵਿੱਚ ਕੁਛ ਦੇਣ ਦਾ ਹਮੇਸ਼ਾ ਪਰਮਾਨੈਂਟ ਰੱਖੋ, ਕੁਛ ਦੇਣਾ ਹੈਗਾ। ਕਿਉਂਕਿ ਸਮਾਜ ਇੱਕਦਮ ਗਿਰ ਜਾਂਦੀ ਹੈ, ਸਮਾਜ ਵਿੱਚ ਕੰਟਰੀਬਿਊਟ ਨਹੀਂ ਕਰਦੇ, ਸਮਾਜ ਖੋਖਲੀ ਹੋ ਜਾਂਦੀ ਹੈ। ਯੈਸ ਨੋ? ਤੋ ਇਹ ਸਾਡਾ ਫਰਜ਼ ਹੈਗਾ। ਸੋਸਾਇਟੀ ਵਿੱਚ ਵਾਪਸ ਹਮੇਸ਼ਾ ਡਾਲਣ ਦਾ ਇੱਕ ਕਾਰਜਕ੍ਰਮ ਪਰਮਾਨੈਂਟ ਰੱਖੋ, ਤੁਹਾਡਾ ਐਟੀਟਿਊਡ ਪੋਜ਼ਿਟਿਵ ਰਹੇਗਾ। ਅਤੇ ਇੱਕ ਵਾਰੀ ਕੀ ਹੋਇਆ, ਮੈਂ ਜਦੋਂ ਮੂਵ ਕੀਤਾ ਅਮੈਰੀਕਾ, ਅਤੇ ਇੱਕ ਜਗ੍ਹਾ ਹੈਗੀ ਹੈ ਨਿਊਯਾਰਕ ਨਿਊਜਰਸੀ ਵਿੱਚ, ਉੱਥੇ ਕ੍ਰਾਈਮ ਬਹੁਤ ਹੈਗਾ, ਸਭ ਬਹੁਤ ਹਾਈ ਕ੍ਰਾਈਮ ਹੈ। ਅਤੇ ਮੇਰੀ ਇੱਕ ਅਪੋਇੰਟਮੈਂਟ ਸੀਗੀ ਇੰਸ਼ੋਰੈਂਸ ਵੇਚਣ ਵਾਸਤੇ ਨਿਊਯਾਰਕ ਵਿੱਚ, ਅਤੇ ਜੋ ਮੌਸਮ ਉਸ ਦਿਨ ਬਹੁਤ ਖਰਾਬ ਸੀਗਾ, ਐਂਡ ਉਹ ਐਕਸਪੈਕਟ ਕਰਦੇ ਸੀਗੇ ਕਿ ਇੱਥੇ ਸਨੋ ਸਟੋਰਮ ਹੋ ਜਾਣਾ ਬਹੁਤ ਜ਼ਬਰਦਸਤ। ਜਦੋਂ ਇਹੋ ਜਿਹਾ ਮੌਸਮ ਦੇ ਸੰਭਾਵਨਾ ਹੁੰਦੀ ਹੈਗੀ ਹੈ, ਅਤੇ ਜਨਰਲੀ ਲੋਕ ਬਾਹਰ ਜਾਂਦੇ ਨਹੀਂ ਹੈਗੇ, ਘਰੇ ਰਹਿੰਦੇ ਹੈਗੇ। ਮੈਂ ਨਾ ਸਮਝੀ ਕੀਤੀ ਜਾਂ ਬੇਵਕੂਫੀ ਕੀਤੀ, ਵਟ ਐਵਰ, ਮੈਂ ਚਲਾ ਗਿਆ ਉੱਥੇ। ਅਤੇ ਜਦੋਂ 2 ਘੰਟੇ ਬਾਅਦ ਬਾਹਰ ਨਿਕਲਿਆ, ਅਤੇ ਮੇਰੀ ਗੱਡੀ ਫਸ ਗਈ ਸੀ ਬਰਫ਼ ਵਿੱਚ। ਹੁਣ ਉੱਥੇ ਬਹੁਤ ਕ੍ਰਾਈਮ ਹੈਗਾ, ਅਤੇ
ਮੈਂ ਗੱਡੀ ਆਪਣੀ ਕੱਢਣ ਦੀ ਕੋਸ਼ਿਸ਼ ਕੀਤੀ, ਥੋੜ੍ਹੀ ਦੇਰ ਨਿਕਲ ਨਹੀਂ ਪਾਇਆ ਮੈਂ ਉੱਥੋਂ। ਔਰ ਉਸ ਰਾਤ ਨੂੰ ਮੈਨੂੰ ਪਤਾ ਨਹੀਂ ਕਿ ਜ਼ਿੰਦਗੀ 'ਚ ਤੁਸੀਂ ਕਦੀ ਇਹੋ ਜਿਹਾ ਮਹਿਸੂਸ ਕੀਤਾ ਹੋਵੇ, ਆਪਣੀ ਜ਼ਿੰਦਗੀ ਵਾਸਤੇ ਉਸ ਦਿਨ ਮੈਨੂੰ ਡਰ ਲੱਗ ਰਿਹਾ ਸੀਗਾ, ਕਿਉਂਕਿ ਉੱਥੇ ਕ੍ਰਾਈਮ ਬਹੁਤ ਹੈਗਾ ਔਰ ਕਦੀ ਕੋਈ ਬੰਦਾ ਉਸ ਅੰਧੇਰੇ ਵਿੱਚ ਆਉਣਾ ਜਾਣਾ ਕਰੇ ਉੱਥੇ, ਅਤੇ ਮੈਂ ਆਪਣਾ ਗੱਡੀ ਵਿੱਚ ਬਹਿ ਕੇ ਆਪਣੇ ਲੋਕ ਕਰ ਲਵਾਂ, ਉਹ ਚਲੇ ਜਾਣ, ਅਤੇ ਫਿਰ ਮੈਂ ਆਪਣੀ ਗੱਡੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਅੱਧਾ ਘੰਟਾ ਹੋ ਗਿਆ ਅਤੇ ਮੈਂ ਗੱਡੀ ਨਹੀਂ ਕੱਢ ਪਾਇਆ ਆਪਣੀ। ਇੰਨੀ ਦੇਰ ਵਿੱਚ ਮੈਂ ਦੇਖਿਆ ਕਿ ਮੇਰੇ ਪਾਸੇ ਗੱਡੀ ਆ ਰਹੀ ਹੈ, ਉਹ ਸੜਕ ਦੀ ਬੱਤੀ ਉਹਦੇ 'ਤੇ ਅੰਦਰ ਪਈ ਅਤੇ ਮੈਂ ਦੇਖਿਆ ਕੋਈ ਬਜ਼ੁਰਗ ਆਦਮੀ ਔਰ ਔਰਤ ਸੀਗੇ, ਅਤੇ ਮੈਂ ਆਪਣੇ ਦਿਮਾਗ ਵਿੱਚ ਸੋਚਿਆ ਕਿ ਇਹ ਮੇਰੇ ਨਿਕਲਣ ਦਾ ਰਸਤਾ ਇਹੀ ਹੈ, ਇਹਨਾਂ ਨੂੰ ਰੋਕ ਲੈਂਦੇ ਹਾਂ, ਜੇ ਇਹ ਨਾ ਰੁਕੇ ਤਾਂ ਮੈਂ ਫਸ ਗਿਆ। ਅਤੇ ਮੈਂ ਇੱਕਦਮ ਦੌੜ ਕੇ ਗਿਆ ਉਹਦੇ, ਅਤੇ ਮੈਨੂੰ ਦੌੜਦੇ ਆਉਂਦੇ ਉਹਨਾਂ ਨੇ ਦੇਖਿਆ ਅਤੇ ਉਹਨਾਂ ਨੇ ਕੀ ਕੀਤਾ, ਉਹ ਵੀ ਉਨੇ ਡਰ ਗਏ, ਉਹਨਾਂ ਨੇ ਆਪਣੀ ਗੱਡੀ ਅੱਗੇ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇੰਨੀ ਬਰਫ਼ 'ਚ ਤੁਸੀਂ ਜਾ ਨਹੀਂ ਸਕਦੇ ਕਿਤੇ। ਇੰਨੀ ਬਰਫ਼ 'ਚ ਤੁਸੀਂ ਜਾ ਨਹੀਂ ਸਕਦੇ ਕਿਤੇ। ਅਤੇ ਮੈਂ ਜਿਵੇਂ ਪਹੁੰਚਿਆ ਅਤੇ ਉਹਨੇ ਅੱਧਾ ਇੰਚ ਸ਼ੀਸ਼ਾ ਥੱਲੇ ਕੀਤਾ, ਮੈਨੂੰ ਪੁੱਛਦਾ ਹੈ ਵਟ ਇਜ਼ ਦ ਮੈਟਰ, ਕਿਆ ਬਾਤ ਹੈ। ਮੈਂ ਕਿਹਾ ਸਰ ਮੇਰੀ ਗੱਡੀ ਫਸ ਗਈ ਹੈਗੀ ਹੈ, ਤੁਸੀਂ ਮੇਰੀ ਗੱਡੀ ਵਿੱਚ ਬੈਠੋ, ਮੈਂ ਪਿੱਛੋਂ ਧੱਕਾ ਮਾਰਦਾ। ਕਹਿੰਦਾ ਨਾ, ਤੂੰ ਆਪਣੀ ਗੱਡੀ 'ਚ ਬਹਿ ਜਾ। ਕਹਿੰਦਾ ਮੈਂ ਤੇਰੀ ਗੱਡੀ ਨੂੰ ਆਪਣੀ ਗੱਡੀ ਨਾਲ ਬਾਹਰ ਕੱਢ ਦੇਵਾਂਗਾ, ਬਾਹਰ ਦੋਨੋਂ ਨਿਕਲ ਜਾਵਾਂਗੇ, ਬਾਹਰ ਨਿਕਲੋ ਇੱਥੋਂ। ਲੋ ਜੀ, ਉਹਨੇ ਮੈਨੂੰ ਆਪਣੀ ਗੱਡੀ ਨਾਲ ਧੱਕਾ ਮਾਰ ਕੇ ਮੇਰੀ ਗੱਡੀ ਨੂੰ ਬਾਹਰ ਕੱਢਤਾ, ਅਤੇ ਉਹ ਰੁਕਣਾ ਨਹੀਂ ਚਾਹੁੰਦਾ ਸੀਗਾ, ਅਤੇ ਮੈਂ ਵਾਪਸ ਜਾ ਕੇ ਉਹਨੂੰ ਥੈਂਕ ਯੂ ਕਰਨਾ ਚਾਹੁੰਦਾ ਸੀ, ਅਤੇ ਮੈਂ ਗਿਆ ਵਾਪਸ ਅਤੇ ਖਿੜਕੀ ਅੱਧਾ ਇੰਚ ਖੋਲ੍ਹ ਕੇ ਕਹਿੰਦਾ ਹੁਣ ਕੀ ਪ੍ਰੋਬਲਮ ਹੈ ਤੈਨੂੰ। ਮੈਂ ਕਿਹਾ ਸਰ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ। ਕਹਿੰਦੇ ਦਿਲੋਂ ਗੱਲ ਕਰ ਰਹੇ ਹਾਂ? ਮੈਂ ਕਿਹਾ ਹਾਂ ਜੀ। ਕਹਿੰਦਾ ਜਿਸ ਤਰੀਕੇ ਨਾਲ ਅੱਜ ਮੈਂ ਤੇਰੇ ਵਾਸਤੇ ਰੁਕਿਆ ਨਾ, ਜਦੋਂ ਤੂੰ ਕਿਸੇ ਨੂੰ ਇਸ ਤਰੀਕੇ ਨਾਲ ਫਸਿਆ ਦੇਖੇ, ਤੂੰ ਅੱਗੇ ਤੋਂ ਆਪਣੀ ਸਾਰੀ ਤੂੰ ਉੱਥੇ ਰੁਕ ਜਾਇਆ ਕਰ, ਤੂੰ ਮੈਨੂੰ ਪਰਮਾਨੈਂਟ ਥੈਂਕ ਯੂ ਕਰਦਾ ਰਹੇਗਾ। ਕਹਿੰਦਾ ਜਦੋਂ ਤੂੰ ਕਿਸੇ ਨੂੰ ਮੁਸੀਬਤ ਵਿੱਚ ਦੇਖੇ, ਤੂੰ ਰੁਕ ਜਾਈ ਐਂਡ ਤੂੰ ਮੈਨੂੰ ਹਮੇਸ਼ਾ ਵਾਸਤੇ ਥੈਂਕ ਯੂ ਕਰਦਾ ਰਹੇਗਾ। ਅੱਜ ਹੋ ਗਏ ਇਸ ਗੱਲ ਨੂੰ ਤਕਰੀਬਨ 42 ਸਾਲ। ਅੱਜ ਤੱਕ ਮੈਂ ਕਿਸੇ ਨੂੰ ਵੀ ਰਸਤੇ ਵਿੱਚ ਫਸਿਆ ਦੇਖਿਆ, ਮੈਂ ਹਮੇਸ਼ਾ ਗੱਡੀ ਰੋਕਦੀ ਸਾਂ। ਹੋਰ ਕਈ ਵਾਰੀ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਇਹ ਖਤਰਨਾਕ ਹੈ, ਨਹੀਂ ਖਤਰਨਾਕ ਹੈ, ਠੀਕ ਹੈ, ਗਲਤ ਹੈ। ਮੈਂ ਗੱਡੀ ਰੋਕੀ ਹੈ। ਅਤੇ ਇੱਕ ਵਾਰੀ ਕੀ ਹੋਇਆ, ਦਿੱਲੀ ਵਿੱਚ ਇੱਥੇ ਤਾਂ ਕੋਈ ਕਾਨੂੰਨ ਤਾਂ ਫਾਲੋ ਕਰਦਾ ਹੀ ਨਹੀਂ ਹੈਗਾ, ਟ੍ਰੈਫਿਕ ਲੂ ਤਾਂ ਵੈਸੇ ਹੀ ਨਹੀਂ ਕਰਦਾ ਹੈਗਾ। ਅਤੇ ਮੈਂ ਇੱਥੇ ਤਕਰੀਬਨ ਪ੍ਰਿਥਵੀ ਰਾਜ ਰੋਡ 'ਤੇ ਲਾਈਟ 'ਤੇ ਗੱਡੀ ਖੜ੍ਹੀ ਸੀ, ਲਾਈਟ ਚੇਂਜ ਹੋਈ ਔਰ ਇੱਕ ਟੂ ਵੀਲਰ ਇੱਕ ਬੱਚੇ ਨਾਲ ਲੈ ਕੇ ਆਪਣਾ ਵਧਿਆ ਗਏ, ਅਤੇ ਰੈੱਡ ਲਾਈਟ ਤੋਂ ਦੂਜੇ ਪਾਸਿਓਂ ਇੱਕ ਜੀਪ ਆਈ ਅਤੇ ਇਹਨੂੰ ਮਾਰ ਕੇ ਚਲੀ ਗਈ। ਇਹ ਆਦਮੀ ਅਤੇ ਇਹਦਾ ਬੱਚਾ ਦੋਨੋਂ ਇਹ ਇੱਕਦਮ ਐਵੇਂ ਕਰਕੇ ਸਿੱਧਾ ਜ਼ਮੀਨ 'ਤੇ ਲੱਗੇ, ਇਹਨਾਂ ਦੇ ਸਿਰ ਫਟ ਗਿਆ। ਉੱਥੇ ਸਾਰਾ ਟ੍ਰੈਫਿਕ ਉੱਦਾਂ ਹੀ ਚਲੀ ਜਾਂਦਾ ਸੀਗਾ, ਕੋਈ ਰੁਕਿਆ ਹੀ ਨਹੀਂ। ਮੈਂ ਡਰਾਈਵਰ ਨੂੰ ਕਿਹਾ, ਮੈਂ ਕਿਹਾ ਤੂੰ ਗੱਡੀ ਰੋਕ ਉੱਥੇ। ਅਸੀਂ ਇਹਨੂੰ ਆਦਮੀ ਨੂੰ ਚੱਕਿਆ, ਬੱਚੇ ਨੂੰ ਚੱਕਿਆ, ਖੂਨ ਨਿਕਲ ਰਿਹਾ ਸੀ, ਰੋਈ ਜਾਂਦੇ ਸੀਗੇ। ਸੋ ਮੈਂ ਇਹਨਾਂ ਨੂੰ ਲੈ ਗਿਆ ਹੋਸਪਿਟਲ, ਸਟਿਚ ਕਰਾਇਆ, ਐਕਸਰੇ ਕਰਾਇਆ, ਅਤੇ ਪਰਮਾਤਮਾ ਦੀ ਦਇਆ ਨਾਲ ਇੰਨਾ ਇੰਜਰੀ ਨਹੀਂ ਸੀਗੀ। ਤੋ ਮੈਂ ਪੈਸੇ ਦੇ ਦਿੱਤੇ ਉਹਨੂੰ। ਮੈਂ ਕਿਹਾ ਬਾਈ ਤੂੰ ਹੁਣ ਠੀਕ ਹੈ, ਮੈਂ ਚੱਲਣਾ ਹੁਣ। ਅਤੇ ਮੈਨੂੰ ਕਹਿੰਦਾ
ਸਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਮੈਂ ਕੀ ਜਵਾਬ ਦਿੱਤਾ ਇਹਨੂੰ? ਫਿਰ ਤਾਂ ਬੋਲੋ, ਕੀ ਜਵਾਬ ਦਿੱਤਾ? ਮੈਂ ਕਿਹਾ ਗੱਲ ਇਹ ਹੈ, ਤੂੰ ਸੱਚਾਈ ਦਿਲੋਂ ਕਹਿ ਰਿਹਾ? ਕਹਿੰਦਾ ਹਾਂ ਜੀ। ਮੈਂ ਕਿਹਾ ਜਿਸ ਤਰੀਕੇ ਨਾਲ ਮੈਂ ਰੁਕਿਆ ਅੱਜ ਤੇਰੇ ਵਾਸਤੇ, ਹਮੇਸ਼ਾ ਤੂੰ ਜਦੋਂ ਤੂੰ ਕਿਸੇ ਨੂੰ ਦੇਖਿਆ ਤੈਨੂੰ ਵੀ ਰੁਕਣਾ ਹੈ। ਆਈ ਯੂ ਵਿਦ ਮੀ? ਲੇਕਿਨ ਇਹ ਬੰਦਾ ਸਾਹਿਬ ਬਹੁਤ ਸਿਆਣਾ ਸੀਗਾ, ਇਹਨੂੰ ਇੰਨੀ ਅਕਲ ਸੀ ਜਿਹੜੀ ਮੈਨੂੰ ਸੀ ਨਹੀਂ। ਮੈਨੂੰ ਪੁੱਛਦਾ ਸਾਹਿਬ ਜੀ ਇੱਕ ਗੱਲ ਦੱਸੋ, ਕਹਿੰਦਾ ਕੋਈ ਨਹੀਂ ਰੁਕਿਆ, ਤੂੰ ਕਿਉਂ ਰੁਕਿਆ? ਮੈਂ ਕਿਹਾ ਭਾਈ ਗੱਲ ਇਹ ਹੈ, ਮੈਂ ਤੇਰੇ ਪਿੱਛੇ ਨਹੀਂ ਰੁਕਿਆ, ਮੈਂ ਤਾਂ ਆਪਣੇ ਸਵਾਰਥ ਵਾਸਤੇ ਰੁਕਿਆ। ਮੇਰਾ ਸਵਾਰਥ ਹੈ, ਜੇ ਮੈਂ ਉੱਥੇ ਲੇਟਿਆ ਹੁੰਦਾ ਜਾਂ ਮੇਰੇ ਬੱਚੇ ਉੱਥੇ ਲੇਟੇ ਹੁੰਦੇ, ਕਿਆ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਵਾਸਤੇ ਰੁਕਦਾ? ਜੇ ਮੈਂ ਉੱਥੇ ਹੁੰਦਾ ਜਾਂ ਮੇਰੇ ਬੱਚੇ ਹੁੰਦੇ ਉੱਥੇ, ਤਾਂ ਕਿਆ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਵਾਸਤੇ ਉਸ ਟਾਈਮ ਰੁਕਦਾ? ਅਤੇ ਮੈਂ ਤਾਂ ਕਿਹਾ ਭਰਾ ਮੈਂ ਤੇਰੇ ਵਾਸਤੇ ਰੁਕਿਆ ਹੀ ਨਹੀਂ ਹੈਗਾ, ਮੈਂ ਤਾਂ ਸਿਰਫ ਆਪਣੇ ਸਵਾਰਥ ਵਾਸਤੇ ਰੁਕਿਆ। ਅਤੇ ਮੈਨੂੰ ਦੇਖ ਕੇ ਕਹਿੰਦਾ ਲੱਗਦਾ ਤੁਸੀਂ ਇੰਡੀਆ ਨਹੀਂ ਰਹਿੰਦੇ ਸਰ। ਮੈਂ ਕਿਹਾ ਯਾਰ ਇਹ ਗੱਲ ਤਾਂ ਠੀਕ ਹੈ, ਨਹੀਂ ਇੰਡੀਆ ਤਾਂ ਨਹੀਂ ਰਹਿੰਦਾ ਮੈਂ, ਲੇਕਿਨ ਕੀ ਗੱਲ ਹੈ ਤੂੰ ਪੁੱਛਿਆ ਕਿਉਂ? ਕਹਿੰਦਾ ਸਰ ਇੱਥੇ ਕੋਈ ਨਹੀਂ ਰੁਕਦਾ ਬਿਕੋਜ਼ ਪੁਲਿਸ ਉਹਨਾਂ ਨੂੰ ਤੰਗ ਕਰਦੀ ਹੈਗੀ ਹੈ। ਕਹਿੰਦੇ ਇੱਥੇ ਕੋਈ ਨਹੀਂ ਰੁਕਦਾ ਹੈਗਾ ਕਿਉਂਕਿ ਪੁਲਿਸ ਵਾਲੇ ਉਹਨਾਂ ਨੂੰ ਤੰਗ ਕਰਦੇ ਹੈਗੇ ਨੇ। ਅਤੇ ਮੇਰੀ ਹੁਣ ਇੱਕ ਆਦਤ ਜੀ ਬਣ ਗਈ ਹੈਗੀ, ਮੈਂ ਤਾਂ ਕਿਤੇ ਵੀ ਮਿਲਦਾ ਉੱਥੇ ਇਹੀ ਪ੍ਰੋਗਰਾਮ ਹੀ ਸ਼ੁਰੂ ਕਰਦਾ, ਸੜਕ 'ਤੇ ਵੀ ਮੈਂ ਪ੍ਰੋਗਰਾਮ ਚਾਲੂ ਕਰ ਦਿੰਦਾ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਦੱਸ ਯਾਰ ਗੱਲ ਇਹ ਹੈ ਕਿ ਕਿਸੇ ਸਮਾਜ ਨੂੰ, ਇਹ ਸਮਾਜ ਖਰਾਬ ਹੈ ਨਾ ਤਾਂ ਹੀ ਅੱਛੇ ਬੰਦੇ ਨੂੰ ਪਰੇਸ਼ਾਨ ਕਰ ਰਹੇ ਨੇ। ਮੈਂ ਕਿਹਾ ਇਹ ਦੱਸ ਕੋਈ ਸਮਾਜ ਵੀ ਜਿਹੜੀ ਹੈਗੀ ਹੈ, ਕੌਣ ਬਰਬਾਦ ਕਰਦਾ ਉਹਨੂੰ, ਅੱਛੇ ਲੋਕ ਕਰਦੇ ਨੇ ਜਾਂ ਬੁਰੇ ਲੋਕ ਕਰਦੇ ਨੇ? ਕੋਈ ਸਮਾਜ ਜਿਹੜੀ ਬਰਬਾਦ ਹੁੰਦੀ ਹੈ ਕਿਹਦੀ ਕਰਤੂਤਾਂ ਤੋਂ ਬਰਬਾਦ ਹੁੰਦੀ ਹੈ, ਅੱਛੇ ਲੋਕਾਂ ਦੀ ਕਰਤੂਤਾਂ ਤੋਂ ਜਾਂ ਬੁਰੇ ਲੋਕਾਂ ਦੀ ਕਰਤੂਤਾਂ ਤੋਂ? ਹੈ ਜੀ। ਅੱਛਾ ਦੇਖੋ ਗੱਲ ਇਹ ਹੈ, ਅੱਜ ਤੱਕ ਦੇਖਿਆ ਜੇ ਕੋਈ ਸਮਾਜ ਬੁਰੇ ਲੋਕਾਂ ਦੀ ਕਰਮੀ ਤੋਂ ਬਰਬਾਦ ਨਹੀਂ, ਕਰਤੂਤਾਂ ਤੋਂ ਬਰਬਾਦ ਨਹੀਂ ਹੁੰਦੀ, ਹਮੇਸ਼ਾ ਅੱਛੇ ਆਦਮੀ ਜਦੋਂ ਨਿਕੰਮੇ ਹੁੰਦੇ ਨੇ ਉਦੋਂ ਹੀ ਬਰਬਾਦ ਹੁੰਦੀ ਹੈ। ਜਦੋਂ ਅੱਛੇ ਲੋਕ ਨਿਕੰਮੇ ਹੁੰਦੇ ਨੇ ਉਸੇ ਟਾਈਮ ਹੀ ਸਮਾਜ ਬਰਬਾਦ ਹੁੰਦੀ। ਲੇਕਿਨ ਸੋਚਣ ਵਾਲੀ ਗੱਲ ਇਹ ਹੈ, ਤੁਸੀਂ ਉਹਨਾਂ ਨੂੰ ਅੱਛਾ ਤਾਂ ਕਹਿ ਦਿੱਤਾ, ਜਦੋਂ ਅੱਛੇ ਲੋਕ ਨਿਕੰਮੇ ਹੁੰਦੇ ਨੇ ਤਾਂ ਬਰਬਾਦ ਹੁੰਦੀ ਹੈ। ਉਹ ਜੇ ਅੱਛਾ ਹੁੰਦਾ ਤਾਂ ਨਿਕੰਮਾ ਕਿੱਦਾਂ ਹੁੰਦਾ, ਇਹ ਸਮਝਾਓ। ਜੇ ਅੱਛਾ ਹੁੰਦਾ ਤਾਂ ਨਿਕੰਮਾ ਨਹੀਂ ਨਾ ਹੋਣਾ ਚਾਹੀਦਾ ਸੀ, ਤਾਂ ਮਤਲਬ ਉਹ ਵੀ ਬੁਰਾ ਹੀ ਹੈ ਲੇਕਿਨ ਕਾਇਰ ਵੀ ਹੈ ਸਾਹਿਬ। ਉਹ ਬੁਰਾ ਵੀ ਹੈ ਲੇਕਿਨ ਖਾਲੀ ਆਪਣੇ ਅੱਛੇ ਵਾਲੇ ਬੰਦੇ ਦੀ ਛਾਪ ਲਗਾ ਕੇ ਬੈਠਾ, ਹਾਂ ਬਹੁਤ ਅੱਛਾ ਜੀ। ਉਹ ਅੱਛਾ ਕਿੱਦੋਂ ਹੋ ਗਿਆ ਤੂੰ, ਜਦੋਂ ਤੂੰ ਸਾਰਾ ਗਲਤ ਦੇਖ ਰਿਹਾ ਹੈਗਾ, ਚੁੱਪ ਬੈਠਾ ਹੈਗਾ? ਮੈਂ ਕਈ ਵਾਰੀ ਪ੍ਰੋਗਰਾਮ ਕਰਦਾ ਅਤੇ ਪ੍ਰੋਗਰਾਮ ਜਦੋਂ ਕਰਕੇ ਹਟੀਦਾ, ਕਈ ਵਾਰੀ ਆਡੀਅੰਸ ਤੋਂ ਮੇਰੇ ਬੰਦੇ ਜਿਹੜੇ ਆਉਂਦੇ ਨੇ, ਲਾਰਜੈਸਟ ਆਡੀਅੰਸ ਮੈਂ ਐਡਰੈਸ ਕੀਤੀ ਹੈ ਕੋਈ ਤਕਰੀਬਨ 50,000 ਬੰਦਿਆਂ ਦੀ, ਆਈ ਹੈਵ ਐਡਰੈਸਡ। ਤਾਂ ਕਈ ਵਾਰੀ ਮੇਰੇ ਲੋਕ ਆਡੀਅੰਸ ਤੋਂ ਆਉਂਦੇ ਨੇ, ਸਰ ਇਹ ਬਹੁਤ ਅੱਛਾ ਕਰ ਰਹੇ ਹੈ, ਸਰ ਇਹ ਬਹੁਤ ਅੱਛਾ ਕਰ ਰਿਹਾ, ਬਹੁਤ ਅੱਛਾ ਕਰ ਰਹੇ, ਸਰ ਇਹ ਵੀ ਕਰੋ, ਇਹ ਵੀ ਕਰੋ, ਇਹ ਵੀ ਕਰੋ, ਇਹ ਵੀ ਕਰੋ। ਤਾਂ ਮੈਂ ਕਹਿੰਦਾ ਬਹੁਤ ਵਧੀਆ, ਚੱਲ ਐਵੇਂ ਕਰ, ਇਕੱਠੇ ਮਿਲ ਕੇ ਕਰਦੇ ਹਾਂ ਇਹ ਵੀ। ਕਹਿੰਦਾ ਨਾ ਸਰ ਮੈਂ ਤਾਂ ਸਲਾਹ ਦੇ ਰਿਹਾ, ਤੁਸੀਂ ਆਪੇ ਚਲੀ ਜਾਂਦਾ। ਕਹਿੰਦਾ ਮੈਂ ਸਲਾਹ ਦੇ ਰਿਹਾ, ਉਹ ਪਾਸੇ ਹੋ ਜਾਂਦਾ। ਅਤੇ ਮੇਰਾ ਉਹਨੂੰ ਜਵਾਬ ਹੈਗਾ, ਈਦਰ ਗੇਟ ਇਨਵੋਲਵਡ ਮੀਨਸ, ਈਦਰ ਗੇਟ ਇਨਵੋਲਵਡ ਮੀਨਸ, ਇੰਗਲਿਸ਼ ਹਿੰਦੀ ਕੀ ਕਹਿਣਗੇ, ਈਦਰ ਜਾਂ ਤਾਂ ਤੂੰ ਸ਼ਾਮਿਲ ਹੋ ਜਾ ਕੰਮ ਵਿੱਚ, ਜਾਂ ਸ਼ਟ ਅਪ, ਚੁੱਪ ਹੋ ਜਾ ਤੂੰ, ਜਾਂ ਤਾਂ ਮਿਲ ਕੇ ਸ਼ਾਮਿਲ ਕਰਕੇ ਇਕੱਠੇ ਕਰ ਲਈਏ, ਜਾਂ ਚੁੱਪ।
ਮੈਂ ਇੱਦਾਂ ਹੀ ਬੋਲਦਾ, ਥੋੜ੍ਹਾ ਹੋਰ ਜ਼ਿਆਦਾ ਬੋਲਦਾ, ਚੁੱਪ, ਕਿਉਂਕਿ ਅਗਰ ਅਸੀਂ ਸਮਾਧਾਨ ਦਾ ਹਿੱਸਾ ਨਹੀਂ ਹਾਂ ਤਾਂ ਅਸੀਂ ਹੀ ਸਮੱਸਿਆ ਹੈਗੇ ਹਾਂ। ਅਗਰ ਅਸੀਂ ਸਮਾਧਾਨ ਦਾ ਹਿੱਸਾ ਨਹੀਂ ਹੈਗੇ ਤਾਂ ਅਸੀਂ ਹੀ, ਔਰ ਜੇ ਅਸੀਂ ਸਮਾਧਾਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਸਾਡਾ ਨਿੰਦਾ ਕਰਨ ਦਾ ਕੋਈ ਹੱਕ ਨਹੀਂ ਹੈਗਾ, ਨਿੰਦਾ ਕਰਨ ਦਾ ਕੋਈ ਹੱਕ ਨਹੀਂ ਹੈਗਾ। ਇਹ ਖਰਾਬੀ ਹੈ, ਇਹ ਖਰਾਬੀ, ਉਹ ਤੂੰ ਤੂੰ ਕੀ ਕਰ ਰਿਹਾ ਹੈਗਾ, ਤੂੰ ਕੁਛ ਕਰ ਹੀ ਨਹੀਂ ਰਿਹਾ, ਤੇ ਫਿਰ ਤੂੰ ਖਰਾਬੀ ਨੂੰ ਬੜਾ ਵੀ ਦੇ ਬੜਾ ਰਿਹਾ ਨਾ। ਜਾਂ ਤੂੰ ਨਾਲ ਸ਼ਾਮਲ ਹੋ ਜਾ ਠੀਕ ਕੰਮ ਕਰਨ ਵਾਸਤੇ, ਜਾਂ ਚੁੱਪ ਹੋ ਜਾ। ਅੱਠਵਾਂ ਸਟੈਪ, ਪੋਜ਼ਿਟਿਵ ਐਟੀਟਿਊਡ ਬਣਾਉਣ ਵਾਸਤੇ ਅੱਠਵਾਂ ਸਟੈਪ ਜਿਹੜਾ ਹੈਗਾ ਕਿ ਇਹਦਾ ਹੈ ਕਿ ਰੋਜ਼ ਰੋਜ਼ ਸੁਬਾਹ ਰੋਜ਼ ਸਵੇਰੇ ਆਪਣਾ ਦਿਨ ਸ਼ੁਰੂ ਕਰਨ ਦੇ ਵਾਸਤੇ ਕੋਈ ਪੋਜ਼ਿਟਿਵ ਚੀਜ਼ ਨਾਲ ਆਪਣਾ ਦਿਨ ਸ਼ੁਰੂ ਕੀਤਾ ਕਰੋ। ਡੇਲੀ ਡੇਲੀ ਇੱਕ ਆਦਤ ਬਣਾ ਲਓ ਕਿ ਰੋਜ਼ ਮੈਨੂੰ ਦਿਨ ਸ਼ੁਰੂ ਕਰਨਾ ਹੈ ਕੋਈ ਚੀਜ਼ ਪੋਜ਼ਿਟਿਵ ਨਾਲ ਸ਼ੁਰੂ ਕਰਨਾ ਹੈਗਾ। ਚਾਹੇ ਪੋਜ਼ਿਟਿਵ ਕਿਤਾਬ ਪੜ੍ਹੋ, ਚਾਹੇ ਪੋਜ਼ਿਟਿਵ ਵੀਡੀਓ ਦੇਖੋ, ਚਾਹੇ ਕੁਛ ਕਰੋ, ਲੇਕਿਨ ਡੇਲੀ ਇੱਕ ਆਦਤ ਬਣਾ ਲਓ ਸਵੇਰੇ ਦਿਨ ਸ਼ੁਰੂ ਕਰਨਾ ਹੈ ਇੱਕ ਪੋਜ਼ਿਟਿਵ ਚੀਜ਼ ਨਾਲ ਹੀ ਸ਼ੁਰੂ ਕਰਨਾ ਹੈਗਾ। ਇਹ ਕਿਉਂ ਜ਼ਰੂਰੀ ਹੈਗਾ, ਕੋਈ ਹੱਥ ਖੜ ਕੇ ਮੈਨੂੰ ਦੱਸੋ, ਕੋਈ ਹੱਥ ਖੜਾ ਕਰੋ, ਮੈਨੂੰ ਦੱਸੋ ਇਹ ਜ਼ਰੂਰੀ ਕਿਉਂ ਹੈਗਾ। ਹਾਂਜੀ ਬੇਟਾ ਦੱਸੋ। ਜਦੋਂ ਅਸੀਂ ਕੋਈ ਵੀ ਚੀਜ਼ ਪੋਜ਼ਿਟਿਵ ਸੁਣਾਂਗੇ ਜਾਂ ਪੋਜ਼ਿਟਿਵ ਦੇਖਾਂਗੇ ਜਾਂ ਪੋਜ਼ਿਟਿਵ ਸਾਡੇ ਮਨ ਵਿੱਚ ਵਿਚਾਰ ਆਣਗੇ, ਅਸੀਂ ਉਹੀ ਕੰਮ ਕਰਾਂਗੇ। ਕਿਉਂਕਿ ਜਿਹੜਾ ਸਵੇਰੇ ਤੋਂ ਸਾਡਾ ਜਿਹੜਾ ਮਾਇੰਡ ਹੁੰਦਾ ਬਿਲਕੁਲ ਫਰੈਸ਼ ਹੁੰਦਾ ਹੈ, ਜੋ ਵੀ ਉਹਦੇ ਅੰਦਰ ਜਿਹੜੀ ਚੀਜ਼ ਐਡ ਹੁੰਦੀ ਹੈ ਅਸੀਂ ਉਹੀ ਸਾਰਾ ਦਿਨ ਕੰਮ ਕਰਾਂਗੇ। ਇਹ ਯਾਰ ਬਹੁਤ ਵਧੀਆ ਗੱਲ ਕੀ, ਹਿੰਦੀ ਗੁਰਮੁਖੀ ਕਿਹੜੀ ਵਾਲੀ, ਹਿੰਦੀ ਹੈ ਗੁਰਮੁਖੀ, ਓਕੇ, ਜ਼ੋਰ ਦੀ ਥਾਲੀ ਵਜਾਓ ਜੀ ਸਾਲੀਏ ਦੀ, ਬਹੁਤ ਵਧੀਆ। ਦੇਖੋ ਇਹਨੇ ਕਿੰਨੀ ਵਧੀਆ ਗੱਲ ਕਹੀ ਹੈਗੀ ਹੈ, ਕੀ ਨਾ ਬੇਟਾ ਤੁਹਾਡਾ, ਸੰਦੀਪ, ਇਹਨੇ ਸੰਦੀਪ ਨੇ ਕਿੰਨੀ ਵਧੀਆ ਗੱਲ ਕਹੀ ਹੈ। ਕਹਿੰਦਾ ਦੇਖੋ ਐਵੇਂ ਹੈ, ਸਵੇਰੇ ਦਾ ਵੇਲਾ ਜਿਹੜਾ ਹੈਗਾ, ਜਿਹਨੂੰ ਕਹਿੰਦੇ ਇਹ ਰੱਬ ਦਾ ਵੇਲਾ ਹੈਗਾ, ਸਵੇਰ ਦਾ ਵੇਲਾ ਹੈਗਾ, ਕਿਉਂਕਿ ਹੈ ਜੀ ਅੰਮ੍ਰਿਤ ਵੇਲਾ ਹੈਗਾ, ਤੋ ਉਹ ਇਸ ਪਿੱਛੇ ਇਹਨੂੰ ਕਹਿੰਦੇ ਨੇ ਕਿਉਂਕਿ ਬਾਡੀ ਰੈਸਟਡ ਹੁੰਦੀ ਹੈ, ਤੁਹਾਡਾ ਜਿਸਮ ਰੈਸਟ ਕਰ ਚੁੱਕਿਆ, ਔਰ ਆਪਣਾ ਬਾਡੀ ਮਾਇੰਡ ਰਿਲੈਕਸ ਹੁੰਦਾ, ਔਰ ਜਿਹੜਾ ਸਬਕੋਨਸ਼ੀਅਸ ਮਾਇੰਡ ਹੈਗਾ ਉਸ ਟਾਈਮ ਰਿਸੀਵ ਕਰ ਰਿਹਾ ਹੁੰਦਾ, ਔਰ ਉਸ ਟਾਈਮ ਤੁਸੀਂ ਅਗਰ ਜੇ ਸਬਕੋਨਸ਼ੀਅਸ ਮਾਇੰਡ ਵਿੱਚ ਕੁਛ ਅਗਰ ਚੀਜ਼ ਪਾ ਦਿੰਦੇ ਹੋ, ਉਹ ਸਾਰੇ ਦਿਨ ਭਰ ਉਹ ਤੁਹਾਡੀ ਉਹ ਪੋਜ਼ਿਟਿਵ ਤੁਹਾਨੂੰ ਰੱਖਦਾ ਹੈਗਾ, ਤੁਹਾਡੀ ਇੱਕ ਟੋਨ ਜੀ ਬਣ ਜਾਂਦੀ ਹੈਗੀ ਹੈ, ਉਸੇ ਨਾਲ ਹੀ ਤੁਹਾਡੀ ਟੋਨ ਬਣ ਜਾਂਦੀ ਹੈਗੀ ਹੈ। ਦੈਟਸ ਰਾਈਟ। ਸੋ ਆਪਣਾ ਦਿਨ ਜਿਹੜਾ ਹੈਗਾ ਸ਼ੁਰੂ ਕਰਨ ਦੀ ਡੇਲੀ ਆਦਤ ਬਣਾ ਲਓ ਕਿ ਕੋਈ ਚੀਜ਼ ਪੋਜ਼ਿਟਿਵ ਦਿਮਾਗ ਵਿੱਚ ਪਾ ਕੇ ਚੱਲਣੀ, ਐਂਡ ਉਹੀ ਤੁਹਾਨੂੰ ਖਿੱਚ ਕੇ ਅੱਗੇ ਲੈ ਜਾਂਦਾ ਹੈਗਾ ਡੇਲੀ। ਤੋ ਲੋਕ ਕਹਿੰਦੇ ਸੀ ਮੈਂ ਪੋਜ਼ਿਟਿਵ ਕਿੱਦਾਂ ਬਣ ਸਕਦਾ, ਇਹ ਦੇਖੋ ਅੱਠ ਸਟੈਪ ਹੈਗੇ ਨੇ, ਇਹ ਹਰ ਚੀਜ਼ ਇਹਨਾਂ ਨੂੰ ਪ੍ਰੈਕਟਿਸ ਕਰਨੀ ਪੈਣੀ ਹੈ, ਪ੍ਰੈਕਟਿਸ ਕਰਕੇ ਤਾਂ ਹੀ ਅੱਗੇ ਬਣਦਾ ਹੈਗਾ। ਕੋਈ ਵੀ ਚੀਜ਼ ਤੁਸੀਂ ਅਗਰ ਨਿਪੁੜਤਾ ਹਾਸਿਲ ਕਰਨਾ ਚਾਹੁੰਦੇ ਹੋ, ਯੂ ਹੈਵ ਟੂ ਪ੍ਰੈਕਟਿਸ। ਔਰ ਯਾਦ ਰੱਖਿਆ ਜੇ, ਪ੍ਰੈਕਟਿਸ ਪ੍ਰੈਕਟਿਸ ਡਜ਼ ਨਾਟ ਮੇਕ ਪਰਫੈਕਟ, ਪਰਫੈਕਟ ਪ੍ਰੈਕਟਿਸ ਮੇਕ ਪਰਫੈਕਟ। ਔਰ ਅਗੇ ਪ੍ਰੈਕਟਿਸ ਓਨਲੀ ਮੇਕਸ ਪਰਫੈਕਟ। ਯਾਰ ਇਹ ਬਹੁਤ ਵਧੀਆ ਗੱਲ ਕੀ, ਹਿੰਦੀ ਪੜ੍ਹੇਂਗੇ ਇੰਗਲਿਸ਼, ਹਿੰਦੀ ਆ ਹਿੰਦੀ, ਪੰਜਾਬੀ, ਪੰਜਾਬੀ ਹੋਰ ਹੈ, ਗੁਰਮੁਖੀ ਦੀ ਹੈ। ਆਇਆ ਚਲੋ ਹੁਣ ਆ ਰਹੀ ਹੈ, ਆ ਰਹੀ ਹੈ, ਚਲੋ ਬਿਲਕੁਲ, ਬਹੁਤ ਵਧੀਆ ਗੱਲ ਕੀ, ਜ਼ੋਰ ਦੀ ਤਾਲੀ ਵਜਾਓ ਜੀ, ਨਮਸਤੇ, ਥੈਂਕ ਯੂ ਸਰ। ਸੋ ਡੇਲੀ ਆਪਣਾ ਦਿਨ ਸ਼ੁਰੂਆਤ ਕਰਨੀ ਹੈਗੀ ਹੈ। ਹੁਣ ਬਹੁਤ ਜ਼ਰੂਰੀ ਹੈ, ਧਿਆਨ ਨਾਲ ਸੁਣਿਆ ਜੇ, ਐਵੇਂ ਅਸੀਂ ਇੱਥੇ ਜੋ ਵੀ ਕਰ ਰਹੇ ਹੈਗੇ ਹਾਂ, ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਅਸੀਂ ਇੱਧਰੋਂ ਨਿਕਲ ਕੇ ਪ੍ਰੋਗਰਾਮ ਖਤਮ ਕਰਕੇ, ਔਰ ਵੀ ਹੈ ਨਾ ਬੇਟਾ, ਲਿਆਓ ਆਪਣਾ ਪ੍ਰੋਗਰਾਮ ਸ਼ੁਰੂ, ਆਪਣਾ ਸੋਰੀ ਖਤਮ ਕਰਕੇ, ਅਸੀਂ ਚਾਹੁੰਦੇ ਹਾਂ ਕਿ ਜਿੱਥੇ ਤੱਕ ਹੋ ਸਕੇ
ਇੱਕ ਐਕਸ਼ਨ ਪਲਾਨ ਬਣਾ ਕੇ ਜਾਣਾ ਚਾਹੀਦਾ ਹੈ, ਯੈਸ ਨੋ। ਨਹੀਂ ਤਾਂ ਅਗਰ ਜੇ ਅਗਰ ਇਹਨਾਂ ਨੂੰ ਅਗਰ ਲਾਗੂ ਨਹੀਂ ਕਰ ਸਕੇ ਜ਼ਿੰਦਗੀ ਵਿੱਚ ਤਾਂ ਵੇਸਟ ਹੋ ਗਏ ਦੋ ਦਿਨ ਜ਼ਿੰਦਗੀ ਦੇ। ਲੇਕਿਨ ਮੈਂ ਅੱਜ ਲੰਚ ਤੋਂ ਬਾਅਦ ਮੈਂ ਅੱਜ ਤੁਹਾਡੇ ਨਾਲ ਅੱਧਾ ਪੌਣਾ ਘੰਟਾ ਸ਼ੇਅਰ ਕਰਾਂਗਾ ਕਿ ਇਹਨੂੰ ਐਕਸ਼ਨ ਪਲਾਨ ਕਿੱਦਾਂ ਬਣਾਉਣਾ ਹੈਗਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗਾ। ਲੇਕਿਨ ਤੁਹਾਨੂੰ ਆਪਣੇ ਇਹ ਹਰ ਚੀਜ਼ ਐਕਟੀਵਿਟੀ ਜਿਹੜੀ ਹੈਗੀ ਹੈ ਇਹ ਤਾਂ ਤੁਹਾਨੂੰ ਕੰਪਲੀਟ ਕਰਨੀ। ਜਿਵੇਂ ਕੱਲ੍ਹ ਕੀਤੀ ਸੀਗੀ ਤੁਸੀਂ ਸਾਰੇ 5 ਪੁਆਇੰਟ 3 ਪੁਆਇੰਟ ਲਿਖੇ ਸੀਗੇ, ਯੈਸ ਨਹੀਂ, ਤਾਂ ਉਹ ਤੁਸੀਂ ਲਿਖੇ ਸੀਗੇ, ਉਹ ਤੁਸੀਂ ਲਿਖੇ, ਮਗਰ ਉਹ ਨਹੀਂ ਲਿਖੋਗੇ ਤਾਂ ਤੁਹਾਡਾ ਐਕਸ਼ਨ ਪਲਾਨ ਕਦੀ ਬਣ ਹੀ ਨਹੀਂ ਸਕਦਾ। ਅਤੇ ਮੇਰੀ ਤੁਹਾਨੂੰ ਸਭ ਨੂੰ ਇੱਕ ਬੇਨਤੀ ਹੈਗੀ ਹੈ, ਉਹ ਹੈ ਕਿ ਬੇਟਾ ਹੁਣ ਅਗਲੇ 10 ਮਿੰਟ ਚੁੱਪ ਕਰਕੇ, 10 ਮਿੰਟ ਚੁੱਪ ਕਰਕੇ ਤੁਸੀਂ ਇਹ 2 ਪੇਜ ਪੜ੍ਹਨੇ ਹੈਗੇ, ਇਹ 2 ਪੇਜ ਪੜ੍ਹਨੇ ਹੈਗੇ, ਇੱਕ ਪੇਜ 14 ਔਰ ਇੱਕ ਪੇਜ 15 ਔਰ ਇੱਕ ਪੇਜ 17 14-15 ਔਰ ਪੇਜ 17 16 ਛੱਡ ਦਿਓ, ਕੱਟ ਦਿਓ, 15-16-17 ਇਹ ਬਹੁਤ ਜ਼ਰੂਰੀ ਹੈਗਾ, ਇਹ ਤੁਹਾਨੂੰ ਭਰਨਾ ਪੈਣਾ। ਮੀਨਸ ਇਹਨੂੰ ਮੈਂ ਐਪਲੀਕੇਸ਼ਨ ਇਹਨੂੰ ਲਾਗੂ ਕਿੱਦਾਂ ਕਰਾਂ, ਇਹ ਤੁਸੀਂ ਭਰੋ। ਔਰ ਕਿੱਥੇ ਤੁਹਾਨੂੰ ਹੈਲਪ ਚਾਹੀਦੀ ਹੋਵੇ ਹੱਥ ਖੜਾ ਕਰਿਓ, ਅਸੀਂ ਆ ਜਾਵਾਂਗੇ, ਜਾਂ ਹਰਪ੍ਰੀਤ ਮੈਮ ਨੂੰ ਇਹਨਾਂ ਨੂੰ ਰਿਕੁਐਸਟ ਕਰਾਂਗੇ, ਜਗਪ੍ਰੀਤ ਨੂੰ, ਜਸਪ੍ਰੀਤ ਨੂੰ ਥੋੜ੍ਹਾ ਹੈਲਪ ਕਰ ਦੇਣਗੇ ਸਾਰੇ। ਸੋ ਲੈਟਸ ਗੇਟ ਸਟਾਰਟਡ, ਸ਼ੁਰੂ ਕਰੋ। ਅਗਲੇ ਸਾਨੂੰ ਇਹ ਤੁਹਾਨੂੰ 10 ਮਿੰਟ ਹੈਗੇ ਪੂਰੇ ਕਰਨ ਦੇ, ਕਿਤੇ ਵੀ ਲੋੜ ਹੋਵੇ ਹੱਥ ਖੜਾ ਕਰੋ, ਔਰ ਇਹਨੂੰ ਕੰਪਲੀਟ ਕਰਨਾ ਬਹੁਤ ਜ਼ਰੂਰੀ ਹੈਗਾ। ਇਹ ਕਿਰਪਿਆ ਪੋਜ਼ਿਟਿਵ ਐਟੀਟਿਊਡ ਕੇ ਬਾਰੇ ਮੇਂ 3 ਸੀਖ ਨੀਚੇ ਲਿਖੀਏ। ਤੁਹਾਨੂੰ ਇਹ ਅਸੀਂ ਕੱਲ੍ਹ ਤੋਂ ਗੱਲ ਕਰ ਰਹੇ ਹਾਂ, ਕਿਹੜੀਆਂ 3 ਚੀਜ਼ਾਂ ਜਿਹੜੀਆਂ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੈਗੀਆਂ, ਉਹ ਪਹਿਲਾਂ ਤਾਂ ਇਹ ਲਿਖਿਆ ਜੇ, ਕੁਛ ਮਿਲਿਆ ਕਿ ਨਹੀਂ ਮਿਲਿਆ ਹੈਗਾ। ਅੱਛਾ, ਤਾਂ ਪਹਿਲਾਂ ਇਹ ਇਹ ਉੱਪਰ ਵਾਲੇ 'ਤੇ ਲਿਖਣਾ, ਉਸ ਤੋਂ ਬਾਅਦ ਨੈਕਸਟ ਇੱਥੇ ਲਿਖੋ ਕਿ ਕਿਰਪਾ 3 ਚੀਜ਼ਾਂ ਲਿਖੀਏ ਜਿਨਕੇ ਲਈ ਆਪ ਆਭਾਰੀ ਹੈ। ਮਤਲਬ ਤੁਸੀਂ ਇਹ ਦੇਖੋ ਕਿ ਇੱਕ ਤੁਸੀਂ ਸੁਣਿਆ ਆਪਣੀ ਕਾਊਂਟ ਯੋਰ ਬਲੈਸਿੰਗਸ, ਮਤਲਬ ਕਿ ਅਸੀਂ ਕੀ ਸੀਗਾ ਕ੍ਰਿਤਜ ਹੋਣ ਦਾ ਇੱਕ ਐਟੀਟਿਊਡ ਬਣਾਓ। ਵਟ ਵਾਜ਼ ਇਟ ਵੀ ਨੰਬਰ 3 ਕੀ ਸੀਗਾ, ਉਹ 3rd ਵਾਲਾ ਕੀ ਸੀਗਾ ਬੇਟਾ? ਹਾਂ, ਉਹ ਕੀ ਹਿੰਦੀ ਵਿੱਚ ਕੀ ਲਿਖਿਆ ਤੁਸੀਂ? ਹਾਂ, ਸ਼ੁਕਰਾਨਾ ਕਰਨਾ ਸੀ ਕਿ ਇਹਦੇ 3 ਚੀਜ਼ਾਂ ਲਿਖੋ ਜਿਨ੍ਹਾਂ ਦੇ ਤੁਹਾਨੂੰ ਸ਼ੁਕਰ ਹੈਗਾ ਪਰਮਾਤਮਾ ਦਾ। ਆਦਮੀ ਇਹ ਕਹਿ ਸਕਦਾ ਕਿ ਮੈਨੂੰ ਪਰਮਾਤਮਾ ਨੇ ਅੱਛੇ ਮਾਂ ਪਿਓ ਦਿੱਤੇ, ਕੰਮ ਅੱਜ ਇੱਥੇ ਗੁਰਦੁਆਰੇ 'ਚ ਅੱਛੀ ਸ਼ਿਕਸ਼ਾ ਮਿਲ ਰਹੀ ਹੈ, ਕਿਹੜੀ ਚੀਜ਼ 3 ਚੀਜ਼ਾਂ ਹੈਗੀਆਂ ਜਿਹਦੇ ਵਾਸਤੇ ਤੁਸੀਂ ਸ਼ੁਕਰਾਨਾ ਕਰਨਾ ਚਾਹੁੰਦੇ ਹੋ, ਇਹ 3 ਚੀਜ਼ਾਂ ਇੱਥੇ ਲਿਖੋ। ਔਰ ਉਸ ਤੋਂ ਬਾਅਦ ਇਹ ਲਿਖੋ, ਪਲੀਜ਼ ਰਾਈਟ ਡਾਊਨ ਬਿਲੋ 3 ਥਿੰਗਸ ਦੈਟ ਯੂ ਕਮਿਟ। ਮੈਂ ਇਹਨ 3 ਚੀਜ਼ਾਂ ਦਾ ਸੰਕਲਪ ਲੈ ਰਿਹਾ ਜਿਹੜਾ ਮੈਂ ਹੁਣ ਇੱਥੇ ਦਰਵਾਜ਼ੇ ਤੋਂ ਬਾਹਰ ਨਿਕਲਾਂਗਾ, ਇਹਨੂੰ ਇੰਪਲੀਮੈਂਟ ਕਰਨਾ, ਲਾਗੂ ਕਰਨਾ ਹੈਗਾ। ਇਹ ਪੇਜ ਹੈਗਾ ਪੇਜ 14, ਠੀਕ ਹੋ ਗਿਆ? ਕੋਈ ਸਵਾਲ ਹੈਗਾ ਕਿਸੇ 'ਤੇ? ਅੱਛਾ, ਹੁਣ ਪੇਜ 15 'ਤੇ ਆਓ। ਪੇਜ 15 'ਤੇ ਕਿਆ ਲਿਖਿਆ ਹੈਗਾ? ਇੱਥੇ ਲਿਖਿਆ, ਆਈ ਕਮਿਟ ਟੂ ਪ੍ਰੈਕਟਿਸ ਦ ਫਾਲੋਇੰਗ ਫੋਰ ਮਿਨੀਮਮ 30 ਡੇਜ਼। ਇਹ 30 ਦਿਨ ਦਾ ਕਿਉਂ ਕੀਤਾ ਜੀ? 30 ਦਿਨ ਦਾ ਕਿਉਂ ਕੀਤਾ ਹੈਗਾ? ਓਕੇ, ਕੋਈ ਚੀਜ਼ 30 ਦਿਨ ਪ੍ਰੈਕਟਿਸ ਕਰੋਗੇ 31ਵੇਂ ਦਿਨ ਆਦਤ ਬਣ ਜਾਏਗੀ। ਅਤੇ ਇਸ ਵਾਸਤੇ ਇਹਦੇ 'ਤੇ ਲਿਖਿਆ ਹੈਗਾ ਕਿ ਮੈਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਫੈਮਿਲੀ ਵਿੱਚ, ਪਰਿਵਾਰ ਵਿੱਚ ਇਹ ਲਾਗੂ ਕਰਨਾ ਹੈ, ਇਮੀਡੀਏਟ ਜਾ ਕੇ ਘਰ ਵਿੱਚ ਮੈਂ ਇਹ ਕਰਨਾ ਹੈਗਾ, ਇਹ ਜੇ ਕੰਮ ਵਿੱਚ ਹੈਗਾ ਤਾਂ ਕੰਮ ਵਿੱਚ ਕਰਨਾ ਹੈਗਾ, ਜਿਹੜਾ ਮੇ ਬੀ ਨਹੀਂ ਹੈਗਾ ਤਾਂ ਕੁਛ ਛੱਡ ਦਿਓ, ਉਹ ਸਮਾਜ ਵਿੱਚ ਮੈਂ ਇਹ ਕਰਨਾ ਹੈਗਾ। ਔਰ ਉਹਦੇ ਥੱਲੇ ਲਿਖਿਆ ਹੈਗਾ ਲਾਸਟ, ਵਾਟ ਆਰ ਦ 3 ਮੋਸਟ ਇੰਪੋਰਟੈਂਟ ਥਿੰਗਸ, ਵਾਟ ਇਜ਼ 1 ਮੋਸਟ ਇੰਪੋਰਟੈਂਟ ਥਿੰਗ ਦੈਟ ਯੂ ਕਮਿਟ ਟੂ ਯੂਜ਼ ਇਮੀਡੀਏਟਲੀ। ਇੱਕ ਚੀਜ਼ ਲਿਖੋ ਕਿ ਮੈਂ ਹੁਣ ਦਰਵਾਜ਼ੇ ਤੋਂ ਨਿਕਲਾਂਗਾ, ਇਹ ਮੈਂ ਇਮੀਡੀਏਟਲੀ ਅਪਲਾਈ ਕਰਨਾ ਹੈਗਾ। ਇਹ ਖਤਮ ਹੋ ਗਿਆ ਅਤੇ ਹੁਣ ਪੇਜ 17 'ਤੇ ਆ ਜਾਓ, 17 'ਤੇ। ਨਾਓ ਇਹ ਲੱਗੇਗਾ ਤੁਹਾਨੂੰ ਕਿ ਜਿਵੇਂ ਮੈਂ ਰਿਪੀਟ ਕਰ ਰਿਹਾ, ਰਿਪੀਟ ਨਹੀਂ ਕਰ ਰਿਹਾ ਹੈਗਾ। ਇਹਦੇ ਵਿੱਚ ਫਿਰ ਉਹੀ ਲਿਖਿਆ ਹੈਗਾ, ਲਿਸਟ 5 ਮੇਜਰ ਆਊਟਕਮਸ ਔਰ ਟੇਕ ਹੋਮਸ ਦੈਟ ਯੂ ਹੈਵ ਹੈਡ। ਇਹਦੇ ਵਿੱਚ ਪ੍ਰੋਗਰਾਮ ਤੋਂ 5 ਚੀੜੀਆਂ ਜਿਹੜੀਆਂ ਹੈਗੀਆਂ ਜਿਹੜੀ ਤੁਹਾਨੂੰ ਇੱਥੋਂ ਲੈ ਕੇ ਜਾ ਰਹੇ ਹੋ, ਇਹ ਪੂਰੇ ਪ੍ਰੋਗਰਾਮ ਵਿੱਚ ਇੱਥੇ ਲਿਖੋ। ਫਿਰ 3 ਚੀਜ਼ਾਂ 3 ਏਰੀਆ ਜਿੱਥੇ ਮੈਂ ਸੋਚਦਾ ਮੈਨੂੰ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈਗੀ ਆਪਣੀ ਤਰੱਕੀ ਕਰਨ ਦੀ। ਔਰ ਫਿਰ ਇੱਥੇ ਲਿਖੋ, ਆਈ ਕਮਿਟ ਟੂ ਇੰਪਲੀਮੈਂਟ, ਇਹ
ਸੰਕਲਪ ਕਰਦਾ ਕਿ ਇਹ ਤਿੰਨ ਚੀਜ਼ਾਂ ਮੈਂ ਇਮੀਡੀਏਟਲੀ ਦਰਵਾਜ਼ੇ ਤੋਂ ਨਿਕਲਦੇ ਕਰਾਂ। ਜਿਹੜਾ ਪੇਜ 15 ਹੈਗਾ ਐਂਡ 14 ਹੈਗਾ, ਧਿਆਨ ਨਾਲ ਸੁਣਿਆ ਜੀ, ਉਹ ਅਪਲਾਈ ਕਰਦਾ ਇਸ ਇਹ ਐਟੀਚਿਊਡ ਦੇ ਪ੍ਰੋਗਰਾਮ ਵਿੱਚ ਇਹ, ਔਰ ਪੇਜ 17 ਅਪਲਾਈ ਕਰਦਾ ਪੂਰਾ ਸਾਰਾ ਪ੍ਰੋਗਰਾਮ ਜਿਹੜਾ ਅਸੀਂ ਕੀਤਾ ਹੈਗਾ ਕੱਲ੍ਹ ਤੋਂ ਲੈ ਕੇ ਉਹ ਸਾਰਾ ਕੰਪਲੀਟ ਕਰਨ ਵਿੱਚ। ਇਹ ਤਿੰਨ ਚੀਜ਼ਾਂ ਤੁਸੀਂ ਕੰਪਲੀਟ। ਕੋਈ ਸਵਾਲ ਹੈ ਕਿਸੇ ਨੂੰ? ਓਕੇ, 14, 15 ਔਰ 17 ਸ਼ੁਰੂ ਕਰੋ ਕੰਪਲੀਟ।